ਹਾਂਜੀ, ਕੀ ਹਾਲ ਨੇ ਜੀ ਸਾਰਿਆਂ ਦੇ? ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋਵੋਗੇ ਔਰ ਤਿਆਰੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਵੇਗੀ। ਮੈਂ ਲਖਵਿੰਦਰ ਰੇਸ ਅਕੈਡਮੀ ਦੇ ਔਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ। ਤਾਂ ਹਾਂਜੀ, ਪਹਿਲੀ ਗੱਲ ਤਾਂ ਮੈਂ ਸਭ ਤੋਂ ਮਾਫ਼ੀ ਮੰਗ ਰਿਹਾ ਕਿ ਮੈਂ ਬਹੁਤ ਟਾਈਮ ਬਾਅਦ ਤੁਹਾਡੇ ਨਾਲ ਔਨਲਾਈਨ ਪਲੇਟਫਾਰਮ 'ਤੇ ਜੁੜ ਰਿਹਾ ਹੈਗਾ। ਉਹਦੇ ਪਿੱਛੇ ਕਾਰਨ ਸੀਗਾ, ਤੁਹਾਨੂੰ ਸਭ ਨੂੰ ਪਤਾ ਵੀ ਹੈ ਕਿ ਕਾਰਨ ਕੀ ਸੀਗਾ, ਕਿ ਆਪਾਂ ਆਪਣੀ ਪੋਲਿਟੀ ਦੀ ਇੱਕ ਬੁੱਕ ਬਣਾਈ ਹੈਗੀ ਆ ਜਿਹ 'ਚ ਪੂਰੇ MCQ ਹੈਗੇ ਆ। ਤਾਂ ਉਹ ਸਭ ਤੁਹਾਨੂੰ ਮੈਂ ਦੱਸ ਵੀ ਦਿੱਤਾ ਸੀਗਾ, ਯੂਟਿਊਬ 'ਤੇ ਕਲਾਸ ਵੀ ਪਾ ਦਿੱਤੀ ਸੀਗੀ ਔਰ ਬਹੁਤ ਖੁਸ਼ੀ ਵੀ ਹੋਈ ਆ ਕਿ ਤੁਸੀਂ ਮੋਸਟਲੀ ਸਟੂਡੈਂਟਸ ਨੇ ਉਹਨੂੰ ਪਰਚੇਜ ਵੀ ਕਰ ਲਿਆ ਹੈਗਾ। ਜੇ ਨਹੀਂ ਪਰਚੇਜ ਕੀਤਾ ਹੈਗਾ ਉਹ ਬੁੱਕ ਨੂੰ ਪਰਚੇਜ ਵੀ ਕਰ ਸਕਦੇ ਆ ਔਰ ਆਪਦੀ ਤਿਆਰੀ ਨੂੰ ਇਨਹਾਂਸ ਕਰ ਸਕਦੇ ਆ। ਤਾਂ ਹੁਣ ਜੀ ਆਪਾਂ ਇੱਕ ਨਵੀਂ ਸੀਰੀਜ਼ ਸਟਾਰਟ ਕਰ ਰਹੇ ਹਾਂ ਜਿਹਦੇ 'ਚ ਆਪਾਂ ਮਿਕਸ GK ਜਾਣੀ ਕਿ ਹਿਸਟਰੀ ਅਤੇ ਪੋਲਿਟੀ ਨੂੰ ਲੈ ਕੇ ਆਵਾਂਗੇ। ਪਹਿਲਾਂ ਆਪਣੀਆਂ ਜਿਹੜੀਆਂ ਆਲਰੇਡੀ ਕਲਾਸਾਂ ਆ ਚੁੱਕੀਆਂ ਨੇ ਉਹ ਕਾਹਦੇ ਬੇਸ 'ਤੇ ਆਈਆਂ ਨੇ? ਟੋਪਿਕ ਵਾਈਜ਼ ਆਈਆਂ ਨੇ ਔਰ ਉਹ ਸਿਰਫ ਪੋਲਿਟੀ ਦੀਆਂ ਸੀਗੀਆਂ। ਬਟ ਹੁਣ ਮੈਂ ਤੁਹਾਡੇ ਨਾਲ GS ਜਾਂ ਆਪਾਂ ਕਹਿ ਲਈਏ ਹਿਸਟਰੀ ਅਤੇ ਪੋਲਿਟੀ, ਮੈਂ GS ਵਰਡ ਨਹੀਂ ਯੂਜ਼ ਕਰੂੰਗਾ ਬਿਕੋਜ਼ ਉਹ 'ਚ ਸਾਰਾ ਕੁਝ ਆਜੂਗਾ, ਆਪਣੀ ਜੋਗ੍ਰਫੀ ਇਕਨੋਮਿਕਸ ਆਜੂਗੀ, ਉਹ ਮੈਂ ਹਾਲੇ ਨਹੀਂ ਕਰਵਾ ਪਾ ਰਿਹਾ ਹੈਗਾ। ਤਾਂ ਮੈਂ ਹਿਸਟਰੀ ਅਤੇ ਪੋਲਿਟੀ ਦੋਨਾਂ ਦੀ ਕੰਬਾਈਨ ਜਿਹੜੀ ਹੈਗੀ ਆ ਉਹ ਸੀਰੀਜ਼ ਸਟਾਰਟ ਕਰ ਰਿਹਾ ਜਿਹਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਕਿ PYQ ਬੇਸਡ ਕੁਐਸਚਨ ਹੈਗੇ ਜਿਹੜੇ ਪਹਿਲਾਂ ਉਹਨਾਂ ਨੂੰ ਖਤਮ ਕਰ ਦਈਏ, ਜਿਹੜੇ ਚਾਹੇ ਤਾਂ ਉਹ PSSB ਦੇ ਬੋਰਡ ਦੇ ਪੇਪਰ 'ਚ ਕਿਸੇ 'ਚ ਵੀ ਆਏ ਹੋਏ ਆ, ਚਾਹੇ ਕਾਂਸਟੇਬਲ 'ਚ ਆਏ ਹੋਏ ਆ, ਚਾਹੇ ਆਪਾਂ ਕਹਿ ਲਈਏ ਸਬ ਇੰਸਪੈਕਟਰ 'ਚ ਆਏ ਹੋਏ ਆ, ਚਾਹੇ CDS 'ਚ ਆਏ ਹੋਏ, ਚਾਹੇ IS 'ਚ ਆਏ ਹੋਏ ਆ। ਤਾਂ ਮੈਂ ਪਹਿਲਾਂ PYQ ਕੁਐਸਚਨ ਚੱਕ ਰਿਹਾ ਹੈਗਾ ਉਹਨਾਂ ਦੇ ਬੇਸ ਦੇ ਉੱਪਰ, ਫਿਰ ਆਪਾਂ ਅੱਗੇ ਚੱਲਦੇ ਜਾਵਾਂਗੇ। ਮਿਕਸ ਸੀਰੀਜ਼ ਰਹੂਗੀ ਇਹ, ਠੀਕ ਹੈ ਜੀ? ਤਾਂ ਜਿਨ੍ਹਾਂ ਨੇ ਟੋਪਿਕ ਵਾਈਜ਼ ਕਰਨੇ ਹੈਗੇ ਆ ਉਹ ਆਲਰੇਡੀ ਪਲੇਲਿਸਟ ਬਣੀ ਹੋਈ ਆ, ਤਾਂ ਟੋਪਿਕ ਵਾਈਜ਼ ਵੀ ਤੁਸੀਂ ਕਰ ਸਕਦੇ ਹੋ ਔਰ ਜੇ ਤੁਸੀਂ ਟੋਪਿਕ ਵਾਈਜ਼ ਬੁੱਕ ਤੋਂ ਕਰਨਾ ਚਾਹੁੰਦੇ ਹੋ ਤਾਂ ਬੁੱਕ ਤੋਂ ਵੀ ਕਰ ਸਕਦੇ ਹੋ। ਆਪਣੀ ਆਲਰੇਡੀ ਬੁੱਕ ਆ ਚੁੱਕੀ ਹੈਗੀ ਆ ਤਾਂ ਉਸਨੂੰ ਤੁਸੀਂ ਬਾਏ ਵੀ ਕਰ ਸਕਦੇ ਹੋ ਜੇ ਹਾਲੇ ਤੱਕ ਨਹੀਂ ਕੀਤੀ ਹੈਗੀ ਹੈ, ਠੀਕ ਹੈ ਜੀ? ਤਾਂ ਸਟਾਰਟ ਕਰਦੇ ਹਾਂ ਅੱਜ ਦੀ ਨਵੀਂ ਸੀਰੀਜ਼ ਨੂੰ ਜਿਹਦੇ 'ਚ ਆਪਾਂ ਹਿਸਟਰੀ ਅਤੇ ਪੋਲਿਟੀ ਦੇ ਮਿਕਸ ਕੁਐਸਚਨ ਲੈ ਕੇ ਆਉਣੇ ਹੈਗੇ ਆ ਔਰ ਇਹ ਜ਼ਿਆਦਾਤਰ PYQ ਬੇਸਡ ਹੈਗੇ ਆ ਕੁਐਸਚਨ ਆਪਣੇ, ਠੀਕ ਹੈ ਜੀ? ਬਹੁਤ ਕੁਝ ਸਿੱਖਣ ਨੂੰ ਮਿਲੂਗਾ, ਚਾਹੇ ਕੁਐਸਚਨ ਆਪਾਂ ਥੋੜ੍ਹੇ ਹੀ ਰੱਖੇ ਹੋਣਗੇ ਬਟ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਕਿਉਂਕਿ ਉਹਦੇ ਬੇਸ ਦੇ ਉੱਪਰ ਮੈਂ ਉਹਨੂੰ ਐਕਸਪਲੇਨੇਸ਼ਨ ਬਹੁਤ ਜ਼ਿਆਦਾ ਕਰ ਦੂੰਗਾ, ਠੀਕ ਹੈ ਜੀ? ਤਾਂ ਸਮਝਦੇ ਹੈਗੇ ਆ, ਕਲਾਸ ਨੂੰ ਸਟਾਰਟ ਕਰਦੇ ਹਾਂ ਬਿਨਾਂ ਟਾਈਮ ਖਰਾਬ ਕੀਤੇ ਕਿਉਂਕਿ ਟਾਈਮ ਬਹੁਤ ਕੀਮਤੀ ਹੈ, ਤੁਹਾਡਾ ਵੀ ਅਤੇ ਮੇਰਾ ਵੀ। ਚਲੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਨੂੰ, ਅੱਜ ਦੇ ਪਹਿਲੇ ਕੁਐਸਚਨ ਤੋਂ। ਤਾਂ ਆਪਣਾ ਫਸਟ ਕੁਐਸਚਨ ਹੈਗਾ ਭਾਈ, ਹਾਂ ਇੱਕ ਚੀਜ਼ ਹੋਰ ਯਾਰ, ਸਟੂਡੀਓ ਨਵੀਂ ਜਗ੍ਹਾ 'ਤੇ ਆਇਆ ਹੈਗਾ ਤਾਂ ਉੱਥੇ ਮੈਂ ਪਹਿਲੇ ਦਿਨ ਅੱਜ ਕਲਾਸ ਲੈ ਰਿਹਾ, ਤਾਂ ਜੇ ਮੈਂ ਕੁਐਸਚਨ ਦੇ ਅੱਗੇ ਪਿੱਛੇ ਆ ਜਾਵਾਂ ਤਾਂ ਥੋੜ੍ਹਾ ਜਿਹਾ ਜਦੋਂ ਨੋਟ ਕਰਨ ਲੱਗੋ ਤਾਂ ਜਦੋਂ ਮੈਂ ਸਾਈਡ 'ਤੇ ਹੋਣਾ ਉਦੋਂ ਨੋਟ ਕਰ ਲਿਓ, ਠੀਕ ਹੈ ਜੀ? ਕਈ ਵਾਰੀ ਕਈ ਮੈਂ ਕੁਐਸਚਨ ਦੇ ਅੱਗੇ ਆ ਜਾਂਦਾ ਹੁੰਦਾ, ਮੈਂ ਕੋਸ਼ਿਸ਼ ਕਰੂੰਗਾ ਕਿ ਸਾਈਡ 'ਤੇ ਹੀ ਰੱਖਾਂ ਆਪਦੇ ਆਪ ਨੂੰ, ਪਰ ਨਵੀਂ ਜਗ੍ਹਾ ਹੈਗੀ ਆ ਤਾਂ ਉਸ ਕਰਕੇ ਥੋੜ੍ਹਾ ਹਿਸਾਬ ਘੱਟ ਰਹੂਗਾ ਅੱਜ। ਤਾਂ ਪਰ ਤੁਸੀਂ ਥੋੜ੍ਹਾ ਜਿਹਾ ਕੰਪਰੋਮਾਈਜ਼ ਕਰ ਲਿਓ ਕੁਐਸਚਨ ਨੂੰ ਲੈ ਕੇ, ਪੜ੍ਹਾਈ ਨੂੰ ਲੈ ਕੇ ਨਹੀਂ, ਠੀਕ ਹੈ ਜੀ? ਚਲੋ ਤਾਂ ਸਟਾਰਟ ਕਰਦੇ ਹਾਂ ਪਹਿਲਾ ਕੁਐਸਚਨ ਆਪਣਾ। ਪਹਿਲਾ ਕੁਐਸਚਨ ਦੇਖ ਲਓ ਕੀ ਕਹਿ ਰਿਹਾ ਆਪਣਾ। ਲਓ ਜੀ, ਪਹਿਲਾ ਕੁਐਸਚਨ ਕਰੋ ਸੋਲਵ। ਕਹਿੰਦੇ ਵਿੱਚ ਅਮੰਗ ਦੀ ਫਾਲੋਇੰਗ ਐਕਟ ਇਜ਼ ਆਲਸੋ ਨੋਨ ਟੂ ਬੀ ਬਿਗਨਿੰਗ ਆਫ ਦੀ ਪਾਰਲੀਮੈਂਟਰੀ ਸਿਸਟਮ ਇਨ ਇੰਡੀਆ। ਭਾਰਤ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਸ਼ੁਰੂਆਤ ਕਰਨ ਵਾਲਾ ਇਹਨਾਂ ਦੇ ਵਿੱਚੋਂ ਕਿਹੜਾ ਐਕਟ ਸੀਗਾ? ਕੀ ਉਹ ਇੰਡੀਅਨ ਕੌਂਸਲ ਐਕਟ 1892 ਸੀਗਾ, ਕੀ ਕੌਂਸਲ ਐਕਟ 1909 ਸੀ, ਕੀ 4 ਸੀਗਾ, ਜਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਸੀਗਾ? ਉਹ ਦੇਖਣਾ ਆਪਾਂ, ਠੀਕ ਹੈ ਜੀ? ਚਲੋ ਜੀ, ਤਾਂ ਸੋਲਵ ਕਰ ਲਿਆ ਹੋਊਗਾ ਸਭ ਨੇ ਆਪਦਾ ਆਪਦਾ ਆਂਸਰ। ਆਲਰੇਡੀ PYQ ਆ ਤਾਂ PYQ ਦੇਖੇ ਵੀ ਹੋਣੇ ਆ ਤੁਸੀਂ, ਪਰ ਆਂਸਰ ਕੀ ਬਣੂਗਾ ਇਹਦਾ? ਇੱਥੇ ਇੰਡੀਅਨ ਕੌਂਸਲ ਐਕਟ 1892। ਤਾਂ 1892 ਦੇ ਐਕਟ ਨੇ ਪਹਿਲੀ ਵਾਰੀ ਭਾਰਤ ਦੇ ਵਿੱਚ ਕਿਹਨੂੰ ਸਟਾਰਟ ਕਰਤਾ ਸੀਗਾ? ਸੰਸਦੀ ਸ਼ਾਸਨ ਪ੍ਰਣਾਲੀ ਨੂੰ, ਜਾਂ ਆਪਾਂ ਕਹਿ ਲਈਏ ਪਾਰਲੀਮੈਂਟਰੀ ਸਿਸਟਮ ਨੂੰ। ਹੁਣ ਪਾਰਲੀਮੈਂਟਰੀ ਸਿਸਟਮ ਕੀ ਹੁੰਦਾ ਉਹਦੇ 'ਤੇ ਵੀ ਕੁਐਸਚਨ ਆ ਜਾਂਦਾ ਹੁੰਦਾ ਕਿ ਪਾਰਲੀਮੈਂਟਰੀ ਸਿਸਟਮ ਕਿਵੇਂ ਬਣਦਾ ਕੋਈ ਚੀਜ਼, ਠੀਕ ਹੈ ਜੀ? ਤਾਂ ਪਾਰਲੀਮੈਂਟਰੀ ਸਿਸਟਮ ਬਣਨ ਵਾਸਤੇ ਮੇਜਰ ਕੀ ਤੱਥ ਚਾਹੀਦੇ ਹੈਗੇ ਆਪਣੇ ਕੋਲ? ਪਹਿਲੀ ਚੀਜ਼ ਤਾਂ ਦੋ ਤਰੀਕੇ ਦੇ ਉੱਥੇ ਕੀ ਹੁੰਦੇ ਆ? ਹੈੱਡ ਹੁੰਦੇ ਆ। ਦੋ ਤਰੀਕੇ ਦੇ ਕੀ ਹੁੰਦੇ ਆ? ਹੈੱਡ ਹੁੰਦੇ ਆ। ਉਹ ਹੈੱਡ ਕਿਹੜੇ ਕਿਹੜੇ ਹੁੰਦੇ ਆ? ਇੱਕ ਹੈੱਡ ਹੁੰਦਾ ਹੈਗਾ ਭਾਈ ਆਪਣਾ ਰੀਅਲ, ਅਤੇ ਇੱਕ ਕੀ ਹੁੰਦਾ ਹੈਗਾ? ਨੋਮੀਨਲ।
ਰੀਅਲ ਮਤਲਬ ਆਪਣਾ ਜਿਹਦੇ ਕੋਲ ਐਕਚੁਅਲ ਦੇ ਵਿੱਚ ਪਾਵਰ ਹੈਗੀ ਆ, ਨੋਮੀਨਲ ਜਿਹਦਾ ਸਿਰਫ ਕੀ ਚੱਲ ਰਿਹਾ ਹੈਗਾ, ਨਾਮ ਚੱਲ ਰਿਹਾ। ਤਾਂ ਰੀਅਲ ਆਪਣੇ ਦੇਸ਼ ਦਾ ਕੌਣ ਹੁੰਦਾ ਹੈਗਾ? ਪ੍ਰਾਈਮ ਮਿਨਿਸਟਰ। ਨੋਮੀਨਲ ਆਪਣੇ ਦੇਸ਼ ਦਾ ਕੌਣ ਹੁੰਦਾ ਹੈਗਾ? ਪ੍ਰੈਜ਼ੀਡੈਂਟ ਹੁੰਦਾ। ਪਹਿਲੀ ਕੰਡੀਸ਼ਨ ਆਹ ਹੋ ਗਈ। ਦੂਸਰੀ ਕੰਡੀਸ਼ਨ ਕਹਿੰਦੇ ਕੀ ਹੁੰਦੀ ਹੈਗੀ ਆ ਕਿ ਉੱਥੇ ਮਜੋਰਟੀ ਪਾਰਟੀ ਦਾ ਕੀ ਹੋਊਗਾ? ਰੂਲ ਹੋਊਗਾ। ਮਜੋਰਟੀ ਪਾਰਟੀ ਦਾ ਕੀ ਹੋਊਗਾ? ਰੂਲ ਹੋਊਗਾ। ਮਜੋਰਟੀ ਪਾਰਟੀ ਦਾ ਰੂਲ ਇਨ ਦਾ ਸੈਂਸ ਕਿ ਜਿਹਨੂੰ ਸਭ ਤੋਂ ਵੱਧ ਵੋਟਾਂ ਮਿਲਣਗੀਆਂ ਇਲੈਕਸ਼ਨ ਦੇ ਵਿੱਚ ਉਹ ਵਿਨਰ ਹੋਊਗਾ। ਤਾਂ ਉਸੇ ਨੂੰ ਆਪਾਂ ਮਜੋਰਟੀ ਪਾਰਟੀ ਜਾਂ ਬਹੁਮਤ ਦਾ ਰੂਲ ਕਹਿ ਰਹੇ ਹਾਂ। ਤੀਸਰਾ ਕੀ ਹੁੰਦਾ ਹੈਗਾ? ਐਗਜ਼ੀਕਿਊਟਿਵ ਰਿਸਪੋਂਸੀਬਲ ਹੁੰਦੀ ਹੈ। ਐਗਜ਼ੀਕਿਊਟਿਵ ਇਜ਼ ਰਿਸਪੋਂਸੀਬਲ ਟੂ ਲੈਜਿਸਲੇਟਿਵ, ਰਿਸਪੋਂਸੀਬਲ ਟੂ ਲੈਜਿਸਲੇਟਿਵ, ਕਿ ਆਪਣੀ ਜਿਹੜੀ ਕਾਰਜਪਾਲਿਕਾ ਹੁੰਦੀ ਹੈਗੀ ਆ ਉਹਨੇ ਵਿਧਾਨ ਪਾਲਿਕਾ ਨੂੰ ਕੀ ਦੇਣਾ ਹੁੰਦਾ? ਜਵਾਬ ਦੇਣਾ ਹੁੰਦਾ ਹੈਗਾ। ਐਗਜ਼ੀਕਿਊਟਿਵ ਜਵਾਬ ਦੇਊਗੀ ਕਿਹਨੂੰ? ਲੈਜਿਸਲੇਟਿਵ ਨੂੰ। ਠੀਕ ਹੈ ਜੀ, ਇਹ ਇੰਪੋਰਟੈਂਟ ਪੁਆਇੰਟ ਹੋ ਗਿਆ। ਤਾਂ ਜਿਹਦੇ ਕੋਲ ਵੀ ਇਹ ਫੀਚਰ ਹੋਣਗੇ ਉਹਨੂੰ ਆਪਾਂ ਕਿਹੜਾ ਸਿਸਟਮ ਬੋਲਾਂਗੇ? ਪਾਰਲੀਮੈਂਟਰੀ ਸਿਸਟਮ ਬੋਲ ਦਿੰਦੇ ਹਾਂ। ਔਰ ਜਿਹਦੀ ਸ਼ੁਰੂਆਤ ਹੋਈ ਆ 1892 ਦੇ ਐਕਟ ਦੇ ਵਿੱਚ। ਇਸ ਐਕਟ ਦੀ ਇੱਕ ਹੋਰ ਖਾਸੀਅਤ ਕੀ ਹੈਗੀ ਆ ਕਿ ਇਹਨੇ ਆਪਣੇ ਦੇਸ਼ ਦੇ ਵਿੱਚ ਲੈਜਿਸਲੇਟਿਵ ਕੌਂਸਲ ਨੂੰ, ਲੈਜਿਸਲੇਟਿਵ ਕੌਂਸਲ ਨੂੰ ਬਜਟ ਦੇ ਉੱਪਰ ਡਿਸਕਸ ਕਰਨ ਦੀ ਪਾਵਰ ਦਿੱਤੀ ਹੈ। ਬਜਟ ਦੇ ਉੱਪਰ ਡਿਸਕਸ ਕਰਨ ਦੀ ਪਾਵਰ ਦਿੱਤੀ ਹੈ। ਗਿਵ ਪਾਵਰ ਟੂ ਡਿਸਕਸ ਔਨ ਬਜਟ, ਉਹ ਕਿਹਨੇ ਦਿੱਤੀ ਹੈਗੀ ਆ? ਇਸੇ ਐਕਟ ਨੇ, 1892 ਦੇ ਐਕਟ ਨੇ ਦਿੱਤੀ ਹੈਗੀ ਆ। ਠੀਕ ਹੈ ਜੀ, ਕਲੀਅਰ। ਫਿਰ ਜੇ ਮੈਂ ਗੱਲ ਕਰਾਂ ਇੰਡੀਅਨ ਕੌਂਸਲ ਐਕਟ 1909 ਦੀ, ਤਾਂ ਇਹਨੂੰ ਆਪਾਂ ਕਿਹੜਾ ਐਕਟ ਬੋਲਦੇ ਹਾਂ? ਇਹਨੂੰ ਆਪਾਂ ਬੋਲਦੇ ਹਾਂ ਮੌਰਲੇ ਮਿੰਟੋ ਰਿਫੋਰਮ, ਮੌਰਲੇ ਮਿੰਟੋ ਰਿਫੋਰਮ ਬੋਲ ਦਿੰਦੇ ਹਾਂ। ਠੀਕ ਹੈ ਜੀ, ਕਿਉਂ ਬੋਲਦੇ ਹਾਂ? ਕਿਉਂਕਿ ਮੌਰਲੇ ਕੀ ਸੀਗਾ ਉਸ ਵਕਤ? ਸੈਕਰੈਟਰੀ। ਔਰ ਮਿੰਟੋ ਕੀ ਸੀਗਾ ਉਸ ਵਕਤ? ਵਾਈਸ ਰਾਏ। ਦੋਨਾਂ ਨੇ ਮਿਲ ਕੇ ਇੱਕ ਐਕਟ ਪਾਸ ਕੀਤਾ ਜਿਹਨੂੰ ਆਪਾਂ ਨਾਮ ਕੀ ਦੇ ਦਿੱਤਾ? ਮੌਰਲੇ ਮਿੰਟੋ ਰਿਫੋਰਮ ਦਾ ਨਾਮ ਦੇ ਦਿੱਤਾ। ਠੀਕ ਹੈ ਜੀ, ਇਸ ਐਕਟ ਦੀ ਕੀ ਖਾਸੀਅਤ ਹੈਗੀ ਆ ਕਿ ਇਹ ਇੰਡੀਆ ਦੇ ਵਿੱਚ ਪਹਿਲੀ ਵਾਰੀ ਕੀ ਲੈ ਕੇ ਆਇਆ ਹੈਗਾ ਭਾਈ? ਕਮਿਊਨਲ ਰੀਪ੍ਰਜੈਂਟੇਸ਼ਨ, ਕਮਿਊਨਲ ਰੀਪ੍ਰਜੈਂਟੇਸ਼ਨ, ਕਮਿਊਨਲ ਰੀਪ੍ਰਜੈਂਟੇਸ਼ਨ। ਹੁਣ ਪੰਜਾਬੀ ਵਾਲੇ ਇਹਨੂੰ ਕੀ ਕਹਿਣਗੇ? ਇਹਨੂੰ ਕਹਾਂਗੇ ਆਪਾਂ ਜਾਤੀ ਦੇ ਆਧਾਰ 'ਤੇ ਚੋਣਾਂ, ਜਾਤੀ ਦੇ ਆਧਾਰ 'ਤੇ ਚੋਣਾਂ, ਜਾਤੀ ਦੇ ਆਧਾਰ 'ਤੇ ਚੋਣਾਂ ਕਿਹਦੇ ਵਾਸਤੇ? ਮੁਸਲਿਮਸ ਵਾਸਤੇ। ਕਿਹਦੇ ਵਾਸਤੇ? ਮੁਸਲਿਮਸ ਦੇ ਵਾਸਤੇ। ਕਿ ਭਾਈ ਹੁਣ ਮੁਸਲਿਮ ਵਰਗ ਦੇ ਲੋਕ ਵੋਟ ਕਿਹਨੂੰ ਪਾਉਣਗੇ? ਮੁਸਲਿਮ ਨੂੰ ਵੋਟ ਪਾਉਣਗੇ। ਹੁਣ ਜਾਤੀ ਦੇ ਬੇਸ ਦੇ ਉੱਪਰ ਪਹਿਲੀ ਵਾਰੀ ਇਲੈਕਸ਼ਨ ਹੋਣੀ ਸ਼ੁਰੂ ਹੋ ਗਈ, ਤਾਂਹੀਓ ਕਰਕੇ ਫਾਦਰ ਆਫ ਜਿਹੜਾ ਹੈਗਾ ਆਪਾਂ ਕਹਿ ਲਈਏ ਕਿ ਇਲੈਕਟ੍ਰੀਕਲ ਜਿਹੜਾ ਹੈਗਾ ਕਮਿਊਨਿਟੀ ਬੇਸ ਦੇ ਉੱਪਰ ਇਲੈਕਸ਼ਨ ਜਿਹੜੀ ਹੋਣ ਲੱਗੀ ਆ ਉਹਦਾ ਫਾਦਰ ਕਿਹਨੂੰ ਬੋਲ ਦਿੰਦੇ ਆਪਾਂ? ਮੌਰਲੇ ਨੂੰ ਬੋਲ ਦਿੰਦੇ ਹੈਗੇ ਹਾਂ। ਠੀਕ ਹੈ ਜੀ, ਇਹ ਵੀ ਕੁਐਸਚਨ ਆ ਜਾਂਦਾ ਹੁੰਦਾ ਕਿ ਭਾਰਤ ਦੇ ਵਿੱਚ ਜਿਹੜਾ ਹੈਗਾ ਜਾਤੀ ਦੇ ਬੇਸ ਦੇ ਉੱਪਰ ਪਹਿਲੀ ਵਾਰੀ ਇਲੈਕਸ਼ਨਾਂ ਕੌਣ ਲੈ ਕੇ ਆਇਆ? ਤਾਂ 1909 ਦਾ ਐਕਟ ਲੈ ਕੇ ਆਇਆ ਜਾਂ ਮੌਰਲੇ ਮਿੰਟੋ ਰਿਫੋਰਮ ਲੈ ਕੇ ਆਇਆ। ਠੀਕ ਹੈ ਜੀ, ਕਿਹਨੂੰ ਪਹਿਲੀ ਵਾਰੀ ਮਿਲ ਗਈ ਹੈਗੀ ਆ? ਮੁਸਲਿਮਸ ਨੂੰ। ਠੀਕ ਹੈ ਜੀ, ਇਹ ਹੋ ਗਿਆ। ਫਿਰ ਆਪਾਂ ਜੇ ਗੱਲ ਕਰੀਏ ਇਸ ਦੀ, ਤਾਂ ਕੋਈ ਐਕਟ ਹੀ ਨਹੀਂ ਹੁੰਦਾ ਹੈਗਾ 1919 ਦੇ ਐਕਟ ਦੀ, ਤਾਂ ਇਸੇ ਨੇ ਜਿਹੜਾ ਹੈਗਾ ਕਮਿਊਨਲ ਰੀਪ੍ਰਜੈਂਟੇਸ਼ਨ ਹੈਗਾ ਉਹਨੂੰ ਵਧਾਤਾ। ਕਿੱਥੋਂ ਤੱਕ ਲੈ ਗਿਆ ਇਹ? ਇਹ ਕਹਿੰਦਾ ਭਾਈ ਸਿੱਖਾਂ ਵਾਸਤੇ ਵੀ ਹੋਊਗਾ। ਠੀਕ ਹੈ ਜੀ, ਤਾਂ ਇਹਨੇ ਸਿੱਖਾਂ ਨੂੰ ਵੀ ਰੀਪ੍ਰਜੈਂਟੇਸ਼ਨ ਦੇ ਦਿੱਤੀ ਕਿ ਸਿੱਖ ਕਿਹਨੂੰ ਵੋਟ ਪਾਉਣਗੇ? ਸਿਰਫ ਸਿੱਖਾਂ ਨੂੰ ਵੋਟ ਪਾਉਣਗੇ, ਜਿਵੇਂ ਇੱਥੇ ਮੁਸਲਿਮਸ ਨੂੰ ਕਿਹਾ ਗਿਆ ਉੱਥੇ ਸਿੱਖਾਂ ਨੂੰ। ਠੀਕ ਹੈ ਭਾਈ, ਫਿਰ ਇਸੇ ਐਕਟ ਦੇ ਵਿੱਚ 1919 ਦੇ ਐਕਟ ਨੂੰ ਆਪਾਂ ਕੀ ਬੋਲ ਦਿੰਦੇ ਹਾਂ? ਮੰਟੈਂਗਿਊ ਚਮਸਫੋਰਡ ਰਿਫੋਰਮ ਬੋਲਦੇ ਹਾਂ। ਕਿਉਂ ਬੋਲਦੇ ਹਾਂ? ਕਿਉਂਕਿ ਮੰਟੈਂਗਿਊ ਕੀ ਸੀਗਾ? ਸੈਕਰੈਟਰੀ। ਚਮਸਫੋਰਡ ਕੀ ਸੀਗਾ ਉਸ ਵਕਤ ਦਾ? ਵਾਈਸ ਰਾਏ। ਠੀਕ ਹੈ ਜੀ, ਕਲੀਅਰ, ਓਕੇ ਆ, ਡਨ। ਇਹ ਸਾਰੀਆਂ ਚੀਜ਼ਾਂ ਨੋਟ ਕਰੋ ਅਤੇ ਅੱਗੇ ਚੱਲੀਏ ਆਪਾਂ। ਠੀਕ ਹੈ ਜੀ, ਨੋਟ ਕਰਦੇ ਜਾਈਓ, ਆਪਦੀ ਵੀਡੀਓ ਰੋਕ ਲਿਆ ਕਰੀਓ ਔਰ ਨੋਟ ਕਰ ਲਿਓ ਸਾਰੀਆਂ ਚੀਜ਼ਾਂ। ਦੁਬਾਰਾ ਰਿਵਾਈਜ਼ ਕਰ ਦਈਏ ਕਿ 1892 ਦਾ ਐਕਟ ਜਿਹਨੇ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਨੂੰ ਸ਼ੁਰੂ ਕੀਤਾ। ਪਾਰਲੀਮੈਂਟਰੀ ਸਿਸਟਮ ਹੁੰਦਾ ਕੀ ਆ? ਜਿਹਦੇ ਕੋਲ ਦੋ ਤਰੀਕੇ ਦੇ ਹੈੱਡ ਹੋਣਗੇ, ਰੀਅਲ ਅਤੇ ਨੋਮੀਨਲ। ਰੀਅਲ ਕੌਣ ਹੋਊਗਾ? ਪੀਐਮ। ਨੋਮੀਨਲ ਕੌਣ ਹੋਊਗਾ? ਪ੍ਰੈਜ਼ੀਡੈਂਟ ਹੋਊਗਾ। ਮਜੋਰਟੀ ਪਾਰਟੀ ਦਾ ਰੂਲ ਹੋਊਗਾ। ਅਤੇ ਤੀਸਰੀ ਚੀਜ਼, ਐਗਜ਼ੀਕਿਊਟਿਵ ਜਵਾਬ ਦੇਊਗੀ ਕਿਹਨੂੰ? ਲੈਜਿਸਲੇਟਿਵ ਨੂੰ। ਠੀਕ ਹੈ ਜੀ, ਫਿਰ 1892
ਦੇ ਐਕਟ ਨੇ ਹੀ ਪਾਵਰ ਦਿੱਤੀ ਹੈ ਕਿਹਨੂੰ, ਲੈਜਿਸਲੇਟਿਵ ਕੌਂਸਲ ਨੂੰ, ਕਿ ਉਹ ਬਜਟ ਦੇ ਉੱਪਰ ਡਿਸਕਸ਼ਨ ਕਰੇ। ਠੀਕ ਹੈ ਜੀ। 1909 ਦਾ ਐਕਟ ਹੈ ਜਿਹੜਾ, ਇਹਨੂੰ ਆਪਾਂ ਇਲੈਕਟ੍ਰੀਕਲ ਰਿਫੋਰਮਸ ਦੇ ਰੂਪ 'ਚ ਜਾਣ ਰਹੇ ਹਾਂ, ਜਿਹਦੇ ਤਹਿਤ ਮੁਸਲਿਮ ਜਿਹੜੇ ਹੈ ਵੋਟ ਪਾਉਣਗੇ ਮੁਸਲਿਮਸ ਨੂੰ। 1919 ਦਾ ਐਕਟ ਮੋਂਟੇਗਿਊ ਚੈਮਸਫੋਰਡ ਰਿਫੋਰਮ ਹੈਗਾ, ਜਿਹਦੇ ਤਹਿਤ ਸਿੱਖਾਂ ਨੂੰ ਅਤੇ ਬਾਕੀ ਕਮਿਊਨਿਟੀਜ਼ ਜਿਹੜਾ ਹੈਗਾ ਉਹ ਰੀਪ੍ਰਜੈਂਟੇਸ਼ਨ ਮਿਲ ਗਈ ਹੈਗੀ ਹੈ, ਕਾਹਦੇ ਬੇਸ ਦੇ ਉੱਪਰ, ਜਾਤੀ ਆਧਾਰ ਦੇ ਉੱਪਰ। ਠੀਕ ਹੈ ਭਾਈ, ਸਮਝ ਆ ਗਏ ਸਾਰਿਆਂ ਨੂੰ ਇੱਥੋਂ ਤੀਕਰ? ਪਹਿਲਾ ਕੁਸ਼ਚਨ ਸਮਝ ਆ ਗਿਆ? ਚਲੋ ਜੀ, ਫਿਰ ਅੱਗੇ ਚੱਲਦੇ। ਲਓ ਜੀ, ਅਗਲਾ ਆ ਗਿਆ ਦੂਸਰਾ ਕੁਸ਼ਚਨ, ਹਿਸਟਰੀ ਦਾ ਹੈਗਾ ਆਪਣਾ, ਬਹੁਤ ਸੌਖਾ ਕੁਸ਼ਚਨ ਆ ਜਰੇ ਵੀ। ਕਹਿੰਦੇ ਵਿਚ ਆਫ ਦੀ ਫਾਲੋਇੰਗ ਵਾਜ਼ ਦਾ ਫਸਟ ਮਾਰਟਰ ਆਫ ਦੀ ਰਿਵੋਲਟ ਆਫ 1857। 1857 ਦਾ ਰਿਵੋਲਟ ਸਭ ਨੇ ਸੁਣਿਆ ਹੋਇਆ, 1857 ਦਾ ਰਿਵੋਲਟ। ਠੀਕ ਹੈ ਜੀ, ਜਿਹਨੂੰ ਆਲਸੋ ਆਪਾਂ ਕੀ ਬੋਲ ਦਿੰਦੇ ਹੈਗੇ ਹਾਂ, ਫਸਟ ਵਾਰ ਫੋਰ ਇੰਡੀਪੈਂਡੈਂਸ ਵੀ ਬੋਲ ਦਿੰਦੇ ਹੈਗੇ ਹਾਂ, ਕਿ ਆਜ਼ਾਦੀ ਲਈ ਕੀਤਾ ਗਿਆ ਪਹਿਲਾ ਸੰਘਰਸ਼ ਵੀ ਆਪਾਂ ਇਸੇ ਨੂੰ ਬੋਲਦੇ ਹਾਂ, ਫਸਟ ਵਾਰ ਫੋਰ ਇੰਡੀਪੈਂਡੈਂਸ। ਫਸਟ ਵਾਰ ਫੋਰ ਇੰਡੀਪੈਂਡੈਂਸ, ਕਿ ਆਜ਼ਾਦੀ ਲਈ ਕੀਤਾ ਗਿਆ ਪਹਿਲਾ ਸੰਘਰਸ਼ ਕਿਹੜਾ ਹੈਗਾ ਭਾਈ ਆਪਣਾ, 1857 ਦਾ ਰਿਵੋਲਟ। ਪੀਸੈਂਟ ਰਿਵੋਲਟ ਵੀ ਇਸੇ ਨੂੰ ਬੋਲ ਦਿੰਦੇ ਹਾਂ, ਪੀਸੈਂਟ ਰਿਵੋਲਟ ਵੀ ਆਪਾਂ ਇਸੇ ਨੂੰ ਬੋਲ ਦਿੰਦੇ। ਠੀਕ ਹੈ ਜੀ, ਤਾਂ ਇਹ ਸਾਰੇ ਨਾਮ ਇਸੇ ਦੇ ਹੀ ਹੈਗੇ। ਠੀਕ ਹੈ ਜੀ, ਇਹਦੇ ਜਦੋਂ ਇਹ ਹੋਇਆ 1857 ਦਾ ਰਿਵੋਲਟ, ਤਾਂ ਪੇਪਰ ਵਾਲਾ ਪੁੱਛਦਾ ਹੁੰਦਾ ਉਸ ਵਕਤ ਗਵਰਨਰ ਜਨਰਲ ਕੌਣ ਸੀਗਾ, ਕੌਣ ਸੀਗਾ ਭਾਈ? ਲਾਰਡ ਕੈਨਿੰਗ ਸੀਗਾ। ਕੌਣ ਸੀਗਾ? ਲਾਰਡ ਕੈਨਿੰਗ ਸੀਗਾ। ਔਰ ਇਹੀ ਲਾਰਡ ਕੈਨਿੰਗ ਬਾਅਦ 'ਚ ਕੀ ਬਣ ਗਿਆ ਸੀ ਆਪਣੇ ਇੰਡੀਆ ਦਾ ਫਸਟ ਵਾਈਸ ਰਾਏ ਵੀ ਬਣ ਗਿਆ ਸੀਗਾ। ਠੀਕ ਹੈ ਜੀ, ਫਸਟ ਵਾਈਸ ਰਾਏ ਵੀ ਕੌਣ ਸੀਗਾ? ਲਾਰਡ ਕੈਨਿੰਗ ਹੀ ਸੀਗਾ, ਕਿਉਂਕਿ ਇਸ ਰਿਵੋਲਟ ਤੋਂ ਬਾਅਦ ਇੱਕ ਐਕਟ ਆਇਆ ਸੀਗਾ ਜਿਹਨੂੰ ਆਪਾਂ ਐਕਟ ਬੋਲਦੇ ਹਾਂ, 1858 ਦਾ ਐਕਟ, ਜਿਹਨੂੰ ਆਲਸੋ ਆਪਾਂ ਕੀ ਬੋਲ ਦਿੰਦੇ ਹਾਂ, ਗੁੱਡ ਗਵਰਨੈਂਸ ਐਕਟ ਵੀ ਬੋਲਦੇ ਹਾਂ। ਕੀ ਬੋਲਦੇ ਹਾਂ? ਗੁੱਡ ਗਵਰਨੈਂਸ ਐਕਟ ਬੋਲ ਦਿੰਦੇ ਹਾਂ। ਕਿਉਂ ਬੋਲਦੇ ਹਾਂ? ਕਿਉਂਕਿ ਇਹਦੇ ਤਹਿਤ ਆਪਣੇ ਇੰਡੀਆ ਦੇ ਵਿੱਚ ਕੁਛ ਚੰਗੀਆਂ ਚੀਜ਼ਾਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਸਭ ਤੋਂ ਵੱਡਾ ਇਸ ਐਕਟ ਦਾ ਇਫੈਕਟ ਕੀ ਪਿਆ, ਕਿ ਇੰਡੀਆ ਦੇ ਵਿੱਚੋਂ ਕੰਪਨੀ ਰੂਲ ਕੀ ਹੋਜੂਗਾ? ਖਤਮ ਹੋਜੂਗਾ। ਕੰਪਨੀ ਰੂਲ ਕੀ ਹੋਜੂਗਾ? ਐਂਡ ਹੋਜੂਗਾ। ਕੰਪਨੀ ਰੂਲ ਕੀ ਹੋ ਗਿਆ? ਐਂਡ। ਫਿਰ ਰੂਲ ਕਿਹਦਾ ਸ਼ੁਰੂ ਹੋਜੂਗਾ? ਕਰਾਊਨ ਦਾ ਰੂਲ ਸ਼ੁਰੂ ਹੋਜੂਗਾ। ਕਿਹਦਾ ਰੂਲ ਸ਼ੁਰੂ ਹੋਜੂਗਾ? ਕਰਾਊਨ ਦਾ ਰੂਲ ਸ਼ੁਰੂ ਹੋਜੂਗਾ। ਠੀਕ ਹੈ ਜੀ। ਕੰਪਨੀ ਰੂਲ ਕਦੋਂ ਤੋਂ ਕਦੋਂ ਚੱਲਦਾ ਹੁੰਦਾ? 1773 ਤੋਂ 1857 ਤੱਕ। ਅਤੇ ਆਪਣਾ ਕਰਾਊਨ ਰੂਲ ਕਦੋਂ ਤੋਂ ਕਦੋਂ ਚੱਲਦਾ ਹੁੰਦਾ? 58 ਤੋਂ ਲੈ ਕੇ 1947 ਤੱਕ। ਠੀਕ ਹੈ ਜੀ, ਓਕੇ, ਡਨ। ਚਲੋ ਕੁਸ਼ਚਨ ਦੇ ਉੱਪਰ ਆ ਜਾਈਏ। ਕਹਿੰਦੇ ਇਸ ਰਿਵੋਲਟ ਦਾ ਪਹਿਲਾ ਜਿਹੜਾ ਸ਼ਹੀਦ ਸੀਗਾ ਉਹ ਕੌਣ ਸੀਗਾ? ਕੌਣ ਸੀਗਾ ਭਾਈ? ਪਲਟੂ ਖਾਨ, ਇਜ਼ਰਾਇਲ ਪਾਂਡੇ, ਮੰਗਲ ਪਾਂਡੇ। ਤਾਂ ਆਪਣਾ ਆਂਸਰ ਕੀ ਬਣੂਗਾ? ਆਪਸ਼ਨ ਸੀ ਬਣ ਜੂਗਾ, ਮੰਗਲ ਪਾਂਡੇ। ਮੰਗਲ ਪਾਂਡੇ ਦੇ ਉੱਪਰ ਇੱਕ ਕੁਸ਼ਚਨ ਆਉਂਦਾ ਹੁੰਦਾ ਭਾਈ ਕਿ ਮੰਗਲ ਪਾਂਡੇ ਨੇ ਜਿਹੜਾ ਹੈਗਾ ਰਿਵੋਲਟ ਕਿੱਥੋਂ ਕੀਤਾ ਸੀਗਾ? ਤਾਂ ਇਹਨੇ ਕੀਤਾ ਸੀ ਭਾਈ ਮੇਰਠ ਤੋਂ ਰਿਵੋਲਟ ਕੀਤਾ ਸੀਗਾ। ਠੀਕ ਹੈ ਜੀ। ਮੇਰਠ ਤੋਂ ਰਿਵੋਲਟ ਸ਼ੁਰੂ ਕਦੋਂ ਤੋਂ ਹੋਇਆ ਸੀਗਾ? 10 ਮਈ 1857 ਦੇ ਵਿੱਚ। ਕਦੋਂ ਸ਼ੁਰੂ ਹੋਇਆ? 10 ਮਈ 1857। ਔਰ ਰਿਵੋਲਟ ਸ਼ੁਰੂ ਵੀ ਇੱਥੋਂ ਹੀ ਹੋਇਆ ਸੀਗਾ, ਸਟਾਰਟ ਵੀ ਇੱਥੋਂ ਹੀ ਹੋਇਆ ਸੀਗਾ। ਫਿਰ ਇੱਕ ਕੁਸ਼ਚਨ ਆਉਂਦਾ ਹੁੰਦਾ, ਮੰਗਲ ਪਾਂਡੇ ਕਿਹੜੀ ਜਿਹੜੀ ਹੈਗੀ ਆ ਇਨਫੈਂਟਰੀ ਦੇ ਨਾਲ ਡੀਲ ਕਰਦੇ ਸੀਗੇ? ਤਾਂ ਜਾਣੀ ਕਿ ਆਪਾਂ ਕਹਿ ਲਈਏ ਕਿ ਇਹਦੀ ਜਿਹੜੀ ਆਪਾਂ ਕਹਿ ਲਈਏ ਕਿ ਛਾਉਣੀ ਕਹਿ ਲਓ, ਛਾਉਣੀ ਤਾਂ ਨਹੀਂ ਕਹਾਂਗੇ ਯਾਰ ਆਪਾਂ, ਜਿਹੜੀ ਟੀਮ ਕਹਿ ਲਓ, ਚਲੋ ਵੀ ਜਿਹੜੀ ਇਹ ਟੀਮ ਨਾਲ ਬਿਲੋਂਗ ਕਰਦਾ ਸੀਗਾ ਆਰਮੀ ਦੀ, ਉਹ ਕਿੰਨੇ ਨੰਬਰ ਸੀਗੀ? 34 ਨੰਬਰ ਸੀਗੀ, ਬਟਾਲੀਅਨ ਕਹਿ ਲਓ। ਠੀਕ ਹੈ ਜੀ, 34 ਨੰਬਰ ਬਟਾਲੀਅਨ ਦੇ ਨਾਲ ਇਹ ਡੀਲ ਕਰਦਾ ਸੀਗਾ। ਤਾਂ ਇਹ ਕੁਸ਼ਚਨ ਸਾਰੇ ਆਪਾਂ ਯਾਦ ਰੱਖਣੇ ਆ ਕਿਹਦੇ ਬਾਰੇ? 1857 ਦੇ ਰਿਵੋਲਟ ਬਾਰੇ। ਓਕੇ ਭਾਈ, ਡਨ, ਕਲੀਅਰ। ਚਲੀਏ ਅੱਗੇ, ਉਤਾਰ ਲਈ ਹੋਏ ਸਾਰਾ ਕੁਛ। ਓਕੇ ਜੀ, ਹਾਂਜੀ, ਅਗਲਾ ਫਿਰ ਹਿਸਟਰੀ ਦਾ ਕੁਸ਼ਚਨ ਆ। ਕਹਿੰਦੇ ਇਹਨਾਂ ਦੇ ਵਿੱਚੋਂ ਬਰਦੌਲੀ ਸੱਤਿਆਗ੍ਰਹਿ ਦੇ ਨਾਲ ਕੌਣ ਡੀਲ ਕਰਦਾ ਜਾਂ ਲੀਡਰ ਕੌਣ ਸੀਗਾ? ਹਾਂਜੀ, ਲੀਡਰ ਹੀ ਪੁੱਛਿਆ ਹੋਊਗਾ। ਹਾਂ, ਲੀਡਰ ਹੀ ਪੁੱਛਿਆ ਕਿ ਬਰਦੌਲੀ ਸੱਤਿਆਗ੍ਰਹਿ ਦਾ ਲੀਡਰ ਕੌਣ ਸੀਗਾ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਬਰਦੌਲੀ ਸੱਤਿਆਗ੍ਰਹਿ ਬਾਰੇ ਥੋੜ੍ਹਾ ਜਿਹਾ ਦੇਖ ਲਈਏ ਕਿ ਇਹ ਕੀ ਹੈਗਾ ਭਾਈ, ਕਿ ਉੱਥੋਂ ਦੇ ਲੋਕਾਂ ਦੇ ਉੱਪਰ, ਗੁਜਰਾਤ ਦੇ ਬਰਦੌਲੀ ਦੇ ਵਿੱਚ ਲੋਕਾਂ ਦੇ ਉੱਪਰ ਟੈਕਸ ਵਧਾ ਦਿੱਤਾ ਗਿਆ।
ਉਸ ਤੋਂ ਬਚਣ ਵਾਸਤੇ ਕਹਿੰਦੇ ਹੈਗਾ ਮਹਾਤਮਾ ਗਾਂਧੀ ਜੀ ਨੇ ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਬੁਲਾਇਆ ਸੀਗਾ ਤਾਂ ਉਹਨਾਂ ਨੇ ਉਹਦਾ ਸਲਿਊਸ਼ਨ ਕੱਢਿਆ ਸੀਗਾ ਤਾਂ ਕਰਕੇ ਮਹਾਤਮਾ ਗਾਂਧੀ ਜੀ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਟਾਈਟਲ ਵੀ ਕਾਹਦਾ ਦਿੱਤਾ ਸੀਗਾ ਸਰਦਾਰ ਦਾ ਟਾਈਟਲ ਦਿੱਤਾ ਸੀਗਾ ਠੀਕ ਹੈ ਜੀ ਤਾਂ ਉਹ ਪੁੱਛ ਰਿਹਾ ਲੀਡ ਕਿਹਦੇ ਦੁਆਰਾ ਕੀਤਾ ਗਿਆ ਸੀਗਾ ਤਾਂ ਲੀਡ ਕਿਹਦੇ ਦੁਆਰਾ ਕੀਤਾ ਗਿਆ ਸੀਗਾ ਆਪਣੇ ਸਰਦਾਰ ਪਟੇਲ ਜੀ ਦੇ ਦੁਆਰਾ ਸਰਦਾਰ ਪਟੇਲ ਜੀ ਦੇ ਦੁਆਰਾ ਇਸ ਤੋਂ ਬਾਅਦ ਹੀ ਐਮ ਕੇ ਗਾਂਧੀ ਜੀ ਨੇ ਮਹਾਤਮਾ ਗਾਂਧੀ ਜੀ ਨੇ ਇਹਨਾਂ ਨੂੰ ਟਾਈਟਲ ਕਾਹਦਾ ਦਿੱਤਾ ਸੀਗਾ ਸਰਦਾਰ ਦਾ ਟਾਈਟਲ ਦਿੱਤਾ ਸੀਗਾ ਠੀਕ ਹੈ ਜੀ ਕਈ ਵਾਰੀ ਪੇਪਰ 'ਚ ਕੁਐਸਚਨ ਵੀ ਆ ਜਾਂਦਾ ਹੁੰਦਾ ਕਿ ਭਾਈ ਐਮ ਕੇ ਗਾਂਧੀ ਆਪਸ਼ਨ 'ਚ ਨਹੀਂ ਹੁੰਦਾ ਕਿ ਉਹਨਾਂ ਨੇ ਇਹ ਟਾਈਟਲ ਦਿੱਤਾ ਫਿਰ ਆਪਾਂ ਲਿਖਾਂਗੇ ਕਿ ਉਹਨਾਂ ਨੂੰ ਸਰਦਾਰ ਦਾ ਜਿਹੜਾ ਟਾਈਟਲ ਦਿੱਤਾ ਹੈਗਾ ਉਹ ਕਿਹਨਾਂ ਨੇ ਦਿੱਤਾ ਹੈਗਾ ਵੂਮੈਨਸ ਆਫ ਬਰਦੌਲੀ ਨੇ ਦਿੱਤਾ ਹੈਗਾ ਕਿ ਬਰਦੌਲੀ ਦੀਆਂ ਔਰਤਾਂ ਨੇ ਇਹਨਾਂ ਨੂੰ ਟਾਈਟਲ ਦਿੱਤਾ ਹੈਗਾ ਕਾਹਦਾ ਸਰਦਾਰ ਦਾ ਠੀਕ ਹੈ ਜੀ ਯਾਦ ਰੱਖਣਾ ਇਹ ਪੁਆਇੰਟ ਆਪਾਂ ਕਿ ਬਰਦੌਲੀ ਦੀਆਂ ਵੂਮੈਨਸ ਨੇ ਟਾਈਟਲ ਦਿੱਤਾ ਹੈਗਾ ਕਿਹਨਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਠੀਕ ਹੈ ਜੀ ਜੇ ਆਪਸ਼ਨ 'ਚ ਗਾਂਧੀ ਜੀ ਹੈਗਾ ਫਿਰ ਆਪਾਂ ਗਾਂਧੀ ਜੀ ਲਾ ਰਹੇ ਹੈਗੇ ਹਾਂ ਦਰਅਸਲ ਕਿਹਾ ਵੂਮੈਨਸ ਨੇ ਹੀ ਸੀਗਾ ਕਿ ਟਾਈਟਲ ਦੇਣਾ ਚਾਹੀਦਾ ਹੈਗਾ ਤਾਂ ਕਰਕੇ ਦਿੱਤਾ ਗਿਆ ਸੀਗਾ ਓਕੇ ਆ ਭਾਈ ਡਨ ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਆਪਣੇ ਪੋਲੀਟੀਕਲ ਸਾਇੰਸ ਦੇ ਵਿੱਚ ਵੀ ਯੋਗਦਾਨ ਹੈਗਾ ਜਦੋਂ ਆਪਾਂ ਕਮੇਟੀਆਂ ਪੜ੍ਹਦੇ ਹੁੰਦੇ ਹਾਂ ਤਾਂ ਤੁਸੀਂ ਮੈਨੂੰ ਦੱਸਿਓ ਕਿ ਸਰਦਾਰ ਵੱਲਭ ਭਾਈ ਪਟੇਲ ਕਿਹੜੀ ਕਮੇਟੀ ਦੇ ਚੇਅਰਮੈਨ ਹੈ ਜਦੋਂ ਆਪਾਂ ਪੜ੍ਹਦੇ ਨਹੀਂ ਹੁੰਦੇ ਕਿ ਆਪਣੀਆਂ ਟੋਟਲ 22 ਕਮੇਟੀਆਂ ਨੇ ਯੂਨੀਅਨ ਪਾਵਰ ਕਮੇਟੀ ਕਾਂਸਟੀਟਿਊਸ਼ਨਲ ਕਮੇਟੀ ਤੁਸੀਂ ਮੈਨੂੰ ਦੱਸਿਓ ਵੱਲਭ ਭਾਈ ਪਟੇਲ ਕਿਹੜੀ ਕਮੇਟੀ ਨਾਲ ਡੀਲ ਕਰਦੇ ਸੀਗੇ ਠੀਕ ਹੈ ਜੀ ਓਕੇ ਭਾਈ ਡਨ ਕਲੀਅਰ ਚਲੋ ਅੱਗੇ ਚੱਲਦੇ ਲਓ ਜੀ ਆਹ ਕੁਐਸਚਨ ਸੋਲਵ ਕਰੋ ਇਹ 'ਚ ਬੜੀ ਗਲਤੀ ਹੁੰਦੀ ਹੈ ਸਟੂਡੈਂਟਾਂ ਤੋਂ ਬਹੁਤ ਦੇਖਿਆ ਮੈਂ ਬੜੀ ਗਲਤੀ ਹੋ ਜਾਂਦੀ ਹੈ ਸਟੂਡੈਂਟਸ ਤੋਂ ਕਹਿੰਦੇ ਵੇਅਰ ਡਿਡ ਗਾਂਧੀ ਜੀ ਸਟੈਪਡ ਸੱਤਿਆਗ੍ਰਹਿ ਫੋਰ ਦੀ ਫਸਟ ਟਾਈਮ ਗਾਂਧੀ ਜੀ ਨੇ ਪਹਿਲੀ ਵਾਰੀ ਸੱਤਿਆਗ੍ਰਹਿ ਕਿੱਥੇ ਕੀਤਾ ਸੀਗਾ ਸੱਤਿਆਗ੍ਰਹਿ ਫਸਟ ਟਾਈਮ ਪੁੱਛ ਰਿਹਾ ਕਿੱਥੇ ਕੀਤਾ ਸੀਗਾ ਇੰਡੀਆ 'ਚ ਸਾਊਥ ਅਫਰੀਕਾ ਸਾਊਥ ਅਮਰੀਕਾ ਇੰਗਲੈਂਡ ਕਿੱਥੇ ਕੀਤਾ ਸੀਗਾ ਤਾਂ ਪਹਿਲਾਂ ਭਾਈ ਰਿਵੋਲਟ ਕਿੱਥੇ ਕੀਤਾ ਸੀ ਇਹਨਾਂ ਨੇ ਸੱਤਿਆਗ੍ਰਹਿ ਕਿੱਥੇ ਕੀਤਾ ਸੀਗਾ ਕਈ ਸਟੂਡੈਂਟ ਕਹਿਣਗੇ ਹੁਣ ਇੰਡੀਆ 'ਚ ਕੀਤਾ ਸੀ 1917 ਵਾਲਾ ਪਰ ਯਾਰ ਉਹ ਪਹਿਲੀ ਵਾਰੀ ਪੁੱਛ ਰਿਹਾ ਤਾਂ ਪਹਿਲੀ ਵਾਰੀ ਆਂਸਰ ਕੀ ਆਊਗਾ ਸਾਊਥ ਅਫਰੀਕਾ ਆਊਗਾ ਠੀਕ ਹੈ ਜੀ ਕਦੋਂ ਕੀਤਾ ਸੀ ਭਾਈ 1906 ਦੇ ਵਿੱਚ ਕਈ ਕਿਤਾਬਾਂ 'ਚ 7 ਵੀ ਲਿਖਿਆ ਹੋਇਆ 1907 ਬਟ ਜ਼ਿਆਦਾਤਰ 1906 ਹੀ ਜਿਹੜਾ ਹੈਗਾ ਉਹ ਸਹੀ ਮੰਨਿਆ ਜਾਂਦਾ ਹੈਗਾ ਇਹ ਕੀ ਸੀਗਾ 1906 ਦੇ ਵਿੱਚ ਕਿ ਉੱਥੋਂ ਦੇ ਜਿਹੜੇ ਸਾਊਥ ਅਫਰੀਕਾ ਦੇ ਵਿੱਚ ਇਹ ਕਹਿ ਦਿੱਤਾ ਗਿਆ ਸੀਗਾ ਕਿ ਜਿਹੜੇ ਵੀ ਇੰਡੀਅਨ ਹੈਗੇ ਆ ਭਾਈ ਉਹਨਾਂ ਨੂੰ ਆਪਦੇ ਕੋਲ ਆਈਡੈਂਟੀ ਕਾਰਡ ਰੱਖਣਾ ਪਊਗਾ ਮਤਲਬ ਜਿਵੇਂ ਆਪਾਂ ਸਿੰਪਲ ਕਹੀਏ ਕਿ ਮੰਨ ਲਓ ਆਪਾਂ ਕਿਤੇ ਜਾਣਾ ਤਾਂ ਆਪਣੇ ਕੋਲ ਆਪਣਾ ਆਈਡੀ ਪਰੂਫ ਹੋਣਾ ਹੀ ਹੋਣਾ ਚਾਹੀਦਾ ਹੈਗਾ ਤਾਂ ਐਂ ਤਾਂ ਹੈ ਨਹੀਂ ਕਿ ਆਪਾਂ ਹਮੇਸ਼ਾ ਹੀ ਆਪਦੇ ਨਾਲ ਚੱਕੀ ਫਿਰਦੇ ਹੈਗੇ ਹਾਂ ਤਾਂ ਇਸ ਚੀਜ਼ ਦੇ ਅਗੇਂਸਟ ਪਹਿਲੀ ਵਾਰੀ ਜਿਹੜਾ ਹੈਗਾ ਉਹ ਸੱਤਿਆਗ੍ਰਹਿ ਕੀਤਾ ਗਿਆ ਕਿਹਨਾਂ ਦੇ ਦੁਆਰਾ ਗਾਂਧੀ ਜੀ ਦੇ ਦੁਆਰਾ ਕਿੱਥੇ 1906 ਦੇ ਵਿੱਚ ਹਾਂ ਬਟ ਜੇ ਇੱਥੇ ਉਹ ਕਹਿ ਦਿੰਦਾ ਵੇਅਰ ਡਿਡ ਗਾਂਧੀ ਜੀ ਫਸਟ ਸੱਤਿਆਗ੍ਰਹਿ ਇਨ ਇੰਡੀਆ ਕਹਿ ਦਿੰਦਾ ਉਹ ਕਿ ਇੰਡੀਆ ਦੇ ਵਿੱਚ ਉਹਨਾਂ ਦਾ ਪਹਿਲਾ ਸੱਤਿਆਗ੍ਰਹਿ ਕਿਹੜਾ ਸੀਗਾ ਹਾਂ ਨੋ ਡਾਊਟ ਫਿਰ ਆਪਾਂ 1917 ਵਾਲਾ ਬੋਲਦੇ ਕਿਹੜੇ ਵਾਲਾ ਚੰਪਾਰਨ ਵਾਲਾ ਕਿ 1917 ਦੇ ਵਿੱਚ ਉਹਨਾਂ ਨੇ ਜਿਹੜਾ ਰਿਵੋਲਟ ਕੀਤਾ ਸੀਗਾ ਚੰਪਾਰਨ ਦੇ ਵਿੱਚ ਹਾਂ ਉਹ ਇੰਡੀਆ 'ਚ ਮੰਨਦੇ ਹੈਗੇ ਆਪਾਂ ਪਹਿਲਾਂ ਪਰ ਇਹਨੇ ਕਿਹਾ ਪਹਿਲੀ ਵਾਰੀ ਕਿੱਥੇ ਰਿਵੋਲਟ ਕੀਤਾ ਕਿਉਂਕਿ ਉੱਥੇ ਆਪਸ਼ਨ 'ਚ ਸਾਊਥ ਅਫਰੀਕਾ ਵੀ ਹੈਗਾ ਇੰਡੀਆ ਵੀ ਹੈਗਾ ਤਾਂ ਫਿਰ ਆਪਾਂ ਇੰਡੀਆ ਤਾਂ ਨਹੀਂ ਲਾ ਸਕਾਂਗੇ ਨਾ ਤਾਂ ਕੀ ਲਾਵਾਂਗੇ ਆਪਾਂ ਫਿਰ ਸਾਊਥ ਅਫਰੀਕਾ ਕਦੋਂ ਹੋਇਆ 1906 ਦੇ ਵਿੱਚ ਹੋਇਆ ਠੀਕ ਹੈ ਭਾਈ ਕਲੀਅਰ ਆ ਚੱਲੀਏ ਅੱਗੇ ਚਲੋ ਜੀ ਲਓ ਜੀ ਕਹਿੰਦੇ ਡੈਸ਼ ਵਾਜ਼ ਦਾ ਮੋਡਰੇਟ ਲੀਡਰ ਆਫ ਦੀ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਉੱਪਰ ਬਹੁਤ ਕੁਐਸਚਨ ਬਣਦੇ ਆ ਠੀਕ ਹੈ ਜੀ ਕਦੋਂ ਸਥਾਪਨਾ ਹੋਈ 28 ਦਸੰਬਰ 1885 ਨੂੰ ਹੋਈ ਕਿਹਦੇ ਦੁਆਰਾ ਕੀਤੀ ਗਈ ਏ ਓ ਹਿਊਮ ਦੇ ਦੁਆਰਾ ਕੀਤੀ ਗਈ ਪਹਿਲਾ ਸੈਸ਼ਨ ਪ੍ਰਜ਼ਾਈਡ ਕੀਤਾ ਗਿਆ ਡਬਲਿਊ ਸੀ ਬੈਨਰਜੀ ਦੇ ਦੁਆਰਾ ਸਭ ਨੇ ਪੜਿਆ ਹੋਇਆ ਠੀਕ ਹੈ ਜੀ ਫਿਰ ਪੁੱਛਦਾ ਹੁੰਦਾ ਇਹਦਾ ਫਸਟ ਜਿਹੜੀ ਹੈਗੀ ਆ ਵੂਮੈਨ ਪ੍ਰੈਜੀਡੈਂਟ ਕੌਣ ਸੀ ਐਨੀ ਬੈਸੈਂਟ ਫਸਟ ਇੰਡੀਅਨ ਵੂਮੈਨ ਪ੍ਰੈਜੀਡੈਂਟ ਕੌਣ ਸੀ ਸਰੋਜਨੀ ਨਾਇਡੂ ਫਸਟ ਇੰਗਲਿਸ਼ ਜਾਰਜ ਜੂਲੇ ਫਸਟ ਮੁਸਲਿਮ ਪ੍ਰੈਜੀਡੈਂਟ ਬਦਰੂਦੀਨ ਤਾਇਬ ਜੀ ਇਹ ਤਾਂ ਪੈਟ ਕੁਐਸਚਨ ਹੈਗੇ ਆ ਪੇਪਰ ਵਾਲੇ ਦੇ ਉਹ ਪੁੱਛਦਾ ਹੁੰਦਾ ਇਹਨੇ ਪੁੱਛਿਆ ਕਹਿੰਦੇ ਜਿਹੜੀ ਕਾਂਗਰਸ ਹੈਗੀ ਆ ਆਪਾਂ ਸਭ ਨੇ ਪੜਿਆ ਹੋਇਆ ਠੀਕ ਹੈ ਜੀ ਜੇ ਨਹੀਂ ਪੜਿਆ ਤਾਂ ਸਮਝ ਲਿਓ ਆਪਾਂ ਪੜਿਆ ਹੋਇਆ ਕਿ ਜਦੋਂ 1907 ਦੇ ਵਿੱਚ ਸੂਰਤ ਸਪਿਲਟ ਹੋਇਆ ਸੀਗਾ 1907 ਦਾ ਸੂਰਤ ਸਪਿਲਟ ਹੋਇਆ ਸੂਰਤ ਸਪਿਲਟ ਦਾ ਮਤਲਬ ਕੀ ਹੈ ਸੂਰਤ ਦੇ ਵਿੱਚ
ਇੰਡੀਅਨ ਨੈਸ਼ਨਲ ਕਾਂਗਰਸ ਦੋ ਧੜਿਆਂ 'ਚ ਵੰਡੀ ਗਈ ਇੰਡੀਅਨ ਨੈਸ਼ਨਲ ਕਾਂਗਰਸ ਦੋ ਧੜਿਆਂ ਦੇ ਵਿੱਚ ਵੰਡੀ ਗਈ, ਦੋ ਭਾਗਾਂ 'ਚ ਡਿਵਾਈਡ ਹੋ ਗਈ, ਕਿਹੜੇ ਕਿਹੜੇ ਮੋਡਰੇਟਸਟ ਐਂਡ ਐਕਸਟ੍ਰੀਮਿਸਟ, ਮੋਡਰੇਟ ਐਂਡ ਐਕਸਟ੍ਰੀਮਿਸਟ, ਮੋਡਰੇਟ ਐਂਡ ਐਕਸਟ੍ਰੀਮਿਸਟ। ਮੋਡਰੇਟ ਦਾ ਮਤਲਬ ਕੀ ਹੁੰਦਾ ਹੈਗਾ, ਨਰਮ ਪੰਥੀ ਜਾਂ ਜਿਹੜੇ ਨਰਮ ਭਾਈ ਵੀ ਉਹ ਕਹਿੰਦੇ ਵੀ ਇੱਕ ਗੱਲ 'ਤੇ ਥੱਪੇੜਾ ਮਾਰਿਆ ਦੂਜੀ ਵੀ ਅੱਗੇ ਕਰਦੇ ਵੀ ਚੱਲ ਮਾਰ ਧਰਨਾ ਲਾ ਲਾਂਗੇ, ਹੈਂ ਉਹ ਵਾਲੇ ਸੀਗੇ ਇਹ। ਪਰ ਇਹ ਐਕਸਟ੍ਰੀਮਿਸਟ ਕੀ ਕਹਿੰਦੇ ਸੀਗੇ ਕਿ ਐਵੇਂ ਨਹੀਂ ਗੱਲ ਬਣਨੀ, ਦੂਜੀ ਗੱਲ ਕਰੇ ਗੱਲ ਕਰੇ ਦਾ ਕੋਈ ਫਾਇਦਾ ਨਹੀਂ ਆ, ਵੀ ਅੱਗੇ ਦੂਜੀ ਗੱਲ ਕਰਤੀ ਵੀ ਮਾਰ ਲਾ, ਐਂ ਨਹੀਂ ਕਹਿੰਦੇ, ਕੋਈ ਇੱਕ ਮਾਰਿਆ ਉਹਦੇ ਚਾਰ ਮਾਰੋ ਫਿਰ ਪਤਾ ਲੱਗੂਗਾ, ਜਿਹੜੀ ਅੱਜ ਕੱਲ੍ਹ ਦੀ ਫਿਲਾਸਫੀ ਚੱਲ ਰਹੀ ਆ ਉਹ ਆਪਾਂ ਇਸੇ 'ਤੇ ਬੇਸਡ ਆ ਆਪਾਂ। ਤਾਂ ਐਕਸਟ੍ਰੀਮਿਸਟ ਅਤੇ ਜਿਹੜੇ ਹੈਗੇ ਆ ਨਰਮ ਦਲੀ ਅਤੇ ਗਰਮ ਦਲੀ, ਗਰਮ ਦਲ ਅਤੇ ਨਰਮ ਦਲ ਦੇ ਵਿੱਚ ਜਿਹੜੀ ਹੈਗੀ ਆਪਣੀ ਇੰਡੀਅਨ ਨੈਸ਼ਨਲ ਕਾਂਗਰਸ ਟੁੱਟ ਜਾਂਦੀ ਹੈਗੀ। ਐਕਸਟ੍ਰੀਮਿਸਟ ਦੇ ਨਾਮ ਸਭ ਨੂੰ ਯਾਦ ਹੁੰਦੇ ਆ, ਆਪਾਂ ਸਭ ਨੇ ਪੜ੍ਹਿਆ ਹੋਇਆ ਹੈਗਾ, ਲਾਲ ਬਾਲ ਪਾਲ, ਲਾਲ ਬਾਲ ਪਾਲ, ਲਾਲ ਅਤੇ ਲਾਲਾ ਲਾਜਪਤ ਰਾਏ, ਬਾਲ ਅਤੇ ਬਾਲ ਗੰਗਾਧਰ ਤਿਲਕ ਜੀ, ਬਾਲ ਅਤੇ ਬਿਪਨ ਚੰਦਰ ਪਾਲ ਜੀ ਆ ਜਾਂਦੇ ਆ। ਤਾਂ ਹੁਣ ਇਹ ਤਿੰਨ ਆਪਸ਼ਨ ਆ ਜਿਹੜੇ ਕੱਢ ਦਿਓ, ਆਪਣੇ ਆਪ ਆਂਸਰ ਨਿਕਲ ਜੂਗਾ। ਦੇਖੋ ਲਾਲਾ ਲਾਜਪਤ ਰਾਏ ਨਹੀਂ ਹੋ ਸਕਦਾ ਕਿਉਂਕਿ ਉਹ ਐਕਸਟ੍ਰੀਮਿਸਟ ਸੀਗੇ, ਇਹਨੇ ਪੁੱਛਿਆ ਕੀ ਆ ਮੋਡਰੇਟ ਪੁੱਛਿਆ ਹੈਗਾ। ਬਿਪਨ ਚੰਦਰ ਪਾਲ ਨਹੀਂ ਹੋ ਸਕਦੇ, ਬਾਲ ਗੰਗਾਧਰ ਤਿਲਕ ਹੈਗੇ ਆ, ਹੈਗੇ ਆ, ਇਹ ਵੀ ਨਹੀਂ ਹੋ ਸਕਦੇ। ਤਾਂ ਰਹਿ ਕੀ ਗਿਆ ਆਪਣੇ ਕੋਲ, ਗੋਪਾਲ ਕ੍ਰਿਸ਼ਨ ਗੋਖਲੇ, ਗੋਪਾਲ ਕ੍ਰਿਸ਼ਨ ਗੋਖਲੇ। ਤਾਂ ਆਂਸਰ ਕੀ ਬਣ ਜੂਗਾ, ਮੋਡਰੇਟ ਪੁੱਛਿਆ ਹੈਗਾ ਤਾਂ ਆਂਸਰ ਕੀ ਬਣ ਜੂਗਾ, ਗੋਪਾਲ ਕ੍ਰਿਸ਼ਨ ਗੋਖਲੇ। ਕੁਛ ਕੁ ਹੋਰ ਨਾਮ ਆਪਾਂ ਲਿਖ ਦੇਣੇ ਹੈਗੇ ਆ, ਜਿਵੇਂ ਮਦਨ ਮੋਹਨ ਮਾਲਵੀਆ ਹੋ ਗਏ, ਮਦਨ ਮੋਹਨ ਮਾਲਵੀਆ ਜੀ, ਮਦਨ ਮੋਹਨ ਮਾਲਵੀਆ ਜੀ ਹੋ ਗਏ ਆਪਣੇ, ਡਬਲਿਊ ਸੀ ਬੈਨਰਜੀ ਕਹਿ ਲਓ, ਠੀਕ ਹੈ ਜੀ, ਸੁਰਿੰਦਰਨਾਥ ਬੈਨਰਜੀ, ਸੁਰਿੰਦਰਨਾਥ ਬੈਨਰਜੀ, ਡਬਲਿਊ ਸੀ ਬੈਨਰਜੀ, ਵਮੇਸ਼ ਚੰਦਰ ਬੈਨਰਜੀ, ਠੀਕ ਹੈ ਭਾਈ। ਤਾਂ ਇਹ ਸਾਰੇ ਕੀ ਸੀਗੇ ਆਪਣੇ, ਮੋਡਰੇਟਸ, ਠੀਕ ਹੈ ਜੀ, ਐਕਸਟ੍ਰੀਮਿਸਟ ਨਹੀਂ ਸੀਗੇ। ਤਾਂ ਉਹਨੇ ਸੈਂਟਰ ਨੂੰ ਕੀ ਕਿਹਾ ਸੀਗਾ, ਮੋਡਰੇਟ ਸੈਂਟਰ ਨੂੰ ਕਿਹਾ ਸੀਗਾ। ਤਾਂ ਆਂਸਰ ਕੀ ਆਜੂਗਾ, ਗੋਪਾਲ ਕ੍ਰਿਸ਼ਨ ਗੋਖਲੇ। ਬਾਕੀ ਵੀ ਲਿਖ ਲਏ ਆਪਾਂ, ਮਦਨ ਮੋਹਨ ਮਾਲਵੀਆ ਹੋ ਗਏ, ਸੁਰਿੰਦਰਨਾਥ ਬੈਨਰਜੀ ਹੋ ਗਏ, ਡਬਲਿਊ ਸੀ ਬੈਨਰਜੀ ਹੋ ਗਏ, ਠੀਕ ਹੈ ਭਾਈ, ਓਕੇ, ਡਨ, ਚਲੀਏ ਅੱਗੇ। ਚਲੋ ਜੀ, ਹਾਂਜੀ, ਜੀ ਐਸ ਟੀ ਦਾ ਪੁੱਛ ਲਿਆ ਮੀਨਿੰਗ, ਕਹਿੰਦੇ ਜੀ ਐਸ ਟੀ ਦਾ ਮੀਨਿੰਗ ਕੀ ਹੈ, ਬਹੁਤ ਸੌਖਾ ਕੁਸ਼ਚਨ ਆ ਯਾਰ। ਜੀ ਐਸ ਟੀ, ਜੀ ਐਸ ਟੀ ਦੀ ਗੱਲ ਕਰੀਏ ਤਾਂ ਗੁੱਡਸ ਐਂਡ ਸਰਵਿਸ ਟੈਕਸ, ਭਾਲੋ ਗੁੱਡਸ ਐਂਡ ਸਰਵਿਸ ਟੈਕਸ, ਆ ਤਾਂ ਸ਼ੇਅਰਿੰਗ ਟੈਕਸ ਲਿਖਤਾ ਇਹਨੇ ਗਲਤ, ਗੁੱਡਸ ਸਾਇਲੈਂਟ ਟੈਕਸ, ਆ ਪਿਆ ਗੁੱਡਸ ਐਂਡ ਸਰਵਿਸ ਟੈਕਸ, ਇਹ ਵੀ ਨਹੀਂ ਆ, ਤਾਂ ਗ੍ਰੈਂਡ ਸਰਵਿਸ ਟੈਕਸ ਪਾਤਾ, ਗੁੱਡਸ ਐਂਡ ਸਰਵਿਸ ਟੈਕਸ ਆ ਪਿਆ ਆਪਣਾ ਆਂਸਰ, ਇਹ ਤਾਂ ਗ੍ਰੈਂਡ ਪਾਤਾ ਹੈ ਨਾ, ਬਾਕੀ ਤਾਂ ਸਹੀ ਸੀਗਾ, ਗ੍ਰੈਂਡ ਨਹੀਂ ਆਊਗਾ, ਗੁੱਡਸ ਐਂਡ ਸਰਵਿਸ ਟੈਕਸ ਆਊਗਾ, ਠੀਕ ਹੈ ਜੀ। ਜੇ ਆਪਾਂ ਜੀ ਐਸ ਟੀ ਦੀ ਗੱਲ ਕਰੀਏ ਭਾਈ, ਤਾਂ ਇਹ ਜੀ ਐਸ ਟੀ ਕਿਸ ਪ੍ਰਕਾਰ ਦਾ ਟੈਕਸ ਹੈਗਾ, ਇਹ ਹੈਗਾ ਇੱਕ ਇਨਡਾਇਰੈਕਟ ਟੈਕਸ। ਇਨਡਾਇਰੈਕਟ ਟੈਕਸ ਉਹ ਹੁੰਦਾ ਹੈਗਾ ਭਾਈ ਜਿੱਥੇ ਬਰਡਨ ਸ਼ਿਫਟ ਨਹੀਂ ਹੁੰਦਾ, ਮਤਲਬ ਜਿਹਦੇ 'ਤੇ ਪੈ ਗਿਆ ਉਸੇ ਨੂੰ ਭਰਨਾ ਪਊਗਾ, ਬਰਡਨ ਸ਼ਿਫਟ ਨਹੀਂ ਹੁੰਦਾ ਹੈਗਾ ਇੱਥੇ, ਉਹ ਸੋਰੀ ਹੋ ਜਾਂਦਾ, ਗਲਤੀ ਹੋ ਗਈ, ਜਿੱਥੇ ਬਰਡਨ ਕੀ ਹੋ ਜਾਂਦਾ ਮੈਂ ਲਿਖ ਦਿੰਦਾ, ਬਰਡਨ ਸ਼ਿਫਟ ਹੋ ਜੇ, ਬਰਡਨ ਸ਼ਿਫਟ ਹੋ ਜਾਵੇ। ਜੇ ਮੰਨ ਲਓ ਆਪਾਂ ਕਹੀਏ ਕਿ ਆ ਮਾਰਕਰ ਕੰਪਨੀ ਸੀ, ਇਸਨੇ ਮਾਰਕਰ ਨੂੰ ਬਣਾਇਆ, ਉਹਨੂੰ ਵੇਚਣਾ ਪਊਗਾ, ਅਤੇ ਉਹ ਵੇਚੂਗੀ ਤਾਂ ਉਹਨੂੰ ਭਰਨਾ ਪੈਣਾ ਸੀਗਾ, ਪਰ ਇਹ ਕਿਤੋਂ ਕਢਾ ਰਹੀ ਹੈ ਪ੍ਰੋਫਿਟ ਆਪਦਾ, ਜਿਹੜੇ ਇਹਨੂੰ ਖਰੀਦ ਕੇ ਲੈ ਕੇ ਜਾ ਰਹੇ ਅੱਗੇ ਦੁਕਾਨਾਂ ਵਾਲੇ, ਤਾਂ ਇਹਨੂੰ ਬੋਲਦੇ ਆਪਾਂ ਇਨਡਾਇਰੈਕਟ ਟੈਕਸ। ਡਾਇਰੈਕਟ ਦੇ ਵਿੱਚ ਕੀ ਹੁੰਦਾ, ਬਰਡਨ ਨਹੀਂ ਸ਼ਿਫਟ ਹੁੰਦਾ, ਜਿਵੇਂ ਆਪਣੀ ਸਭ ਤੋਂ ਵੱਡੀ ਇਗਜ਼ਾਮਪਲ ਹੈਗੀ ਆ ਇਨਕਮ ਟੈਕਸ ਆਪਣਾ, ਮੇਰੀ ਇਨਕਮ ਆ ਤਾਂ ਮੈਨੂੰ ਹੀ ਭਰਨਾ ਪਊਗਾ ਟੈਕਸ, ਗਵਾਂਢੀ ਥੋੜ੍ਹੀ ਭਰਨਗੇ, ਹੈ ਨਾ, ਤਾਂ ਉਹਨੂੰ ਆਪਾਂ ਡਾਇਰੈਕਟ ਟੈਕਸ ਬੋਲ ਰਹੇ ਹਾਂ। ਕਿੰਨੇ ਤਰ੍ਹਾਂ ਦਾ ਹੁੰਦਾ ਜੀ ਐਸ ਟੀ, ਤਾਂ ਭਾਈ ਇਹ ਤਿੰਨ ਤਰੀਕੇ ਦਾ ਹੁੰਦਾ, ਸਭ ਨੇ ਪੜ੍ਹਿਆ ਵੀ ਹੋਊਗਾ, ਕਿਹੜੇ ਕਿਹੜੇ ਵਾਲਾ ਹੁੰਦਾ, ਸੀ ਜੀ ਐਸ ਟੀ ਹੁੰਦਾ, ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ, ਫਿਰ ਹੁੰਦਾ ਐਸ ਜੀ ਐਸ ਟੀ, ਸਟੇਟ ਗੁੱਡਸ ਐਂਡ ਸਰਵਿਸ ਟੈਕਸ, ਫਿਰ ਹੁੰਦਾ ਆਈ ਜੀ ਐਸ ਟੀ, ਇੰਟੀਗ੍ਰੇਟਡ ਗੁੱਡਸ ਐਂਡ ਸਰਵਿਸ ਟੈਕਸ ਹੁੰਦਾ, ਠੀਕ ਹੈ ਜੀ। ਇਹ ਭਾਰਤ ਦੇ ਵਿੱਚ ਆਇਆ ਕਦੋਂ ਸੀਗਾ ਭਾਈ, ਤਾਂ ਕਿੰਨਵੀਂ ਅਮੈਂਡਮੈਂਟ ਸੀਗੀ, 101ਵੀਂ ਅਮੈਂਡਮੈਂਟ ਸੀਗੀ, ਆਈ ਕਦੋਂ ਸੀਗੀ, 2016 ਦੇ ਵਿੱਚ,
ਠੀਕ ਹੈ ਜੀ। ਇੰਪਲੀਮੈਂਟ ਕਦੋਂ ਕੀਤਾ ਗਿਆ ਸੀਗਾ? ਜੁਲਾਈ 2017 ਦੇ ਵਿੱਚ, 1 ਜੁਲਾਈ 2017 ਦੇ ਵਿੱਚ। ਕਿਹੜੇ ਆਰਟੀਕਲ 'ਚ ਹੈਗੀ ਹੈ ਜੀ ਐਸ ਟੀ ਕੌਂਸਲ? ਆਰਟੀਕਲ 279A ਦੇ ਵਿੱਚ ਹੈਗੀ ਹੈ। ਠੀਕ ਹੈ ਭਾਈ, ਓਕੇ, ਡਨ, ਕਲੀਅਰ? ਕੋਈ ਡਾਊਟ ਹੋਣ ਕਿ ਇਸ ਦਾ ਕਿੱਥੋਂ ਤੱਕ, ਕਿਸੇ ਦਾ ਇੱਥੋਂ ਤੱਕ? ਚਲੀਏ, ਚਲੋ ਭਾਈ, ਲਓ ਜੀ ਅਗਲਾ ਕੁਸ਼ਚਨ ਕਰ ਦਿਓ ਸਾਲੋ। ਵਿੱਚ ਆਫ ਦੀ ਫਾਲੋਇੰਗ ਇਜ਼ ਦਾ ਅਦਰ ਨੇਮ ਆਫ ਹੜੱਪਨ ਸਿਵਿਲਾਈਜੇਸ਼ਨ? ਹਾਂਜੀ, ਹਾਂ, ਹੁਣ ਆਹੀ ਵਹਿਮ ਦੂਰ ਹੋਣਗੇ ਸਭ ਦੇ ਵੀ ਏਸ਼ੀਅੰਟ ਹਿਸਟਰੀ 'ਚ ਤਾਂ ਪੇਪਰ ਹੀ ਨਹੀਂ ਆਉਂਦਾ ਹੁੰਦਾ, ਅਸੀਂ ਨਹੀਂ ਪੜ੍ਹਨੀ ਏਸ਼ੀਅੰਟ ਹਿਸਟਰੀ, ਤਾਂ ਕੱਲੀ ਮਾਡਰਨ ਪੜ੍ਹਾਂਗੇ। ਆਹ ਦੇਖ ਲਓ ਤੁਹਾਡੇ ਸਾਹਮਣੇ ਪੀ ਵਾਈ ਕਿਊ ਆ, ਏਸ਼ੀਅੰਟ ਹਿਸਟਰੀ ਦਾ ਕੁਸ਼ਚਨ ਆ, ਔਰ ਪਹਿਲਾ ਹੀ ਚੈਪਟਰ ਏਸ਼ੀਅੰਟ ਹਿਸਟਰੀ ਦਾ ਸਿੰਧੂ ਘਾਟੀ ਸਭਿਅਤਾ, ਉਹਦਾ ਦੂਸਰਾ ਨਾਮ ਪੁੱਛੋ, ਬਹੁਤ ਈਜ਼ੀ ਕੁਸ਼ਚਨ ਹੈਗਾ। ਦੂਜਾ ਨਾਮ ਕੀ ਪੁੱਛਿਆ ਸੀਗਾ ਭਾਈ, ਕੀ ਆਜੂਗਾ ਦੂਸਰਾ ਨਾਮ? ਇੰਦਰ ਵੈਲੀ ਸਿਵਿਲਾਈਜੇਸ਼ਨ ਆਜੂਗਾ। ਕੀ ਆਜੂਗਾ? ਇੰਦਰ ਵੈਲੀ ਸਿਵਿਲਾਈਜੇਸ਼ਨ, ਸਿੰਧੂ ਘਾਟੀ ਸਭਿਅਤਾ ਦਾ ਦੂਸਰਾ ਨਾਮ ਇੰਦਸ ਵੈਲੀ ਸਿਵਿਲਾਈਜੇਸ਼ਨ, ਹੜੱਪਾ ਸਭਿਅਤਾ। ਹੜੱਪਾ ਸਭਿਅਤਾ ਕਿਉਂ ਬੋਲਦੇ ਆ? ਕਿਉਂਕਿ ਇਹਦਾ ਪਹਿਲਾ ਜਿਹੜਾ ਸ਼ਹਿਰ ਖੋਜਿਆ ਗਿਆ ਸੀਗਾ 1921 ਦੇ ਵਿੱਚ, ਕਿਹੜਾ ਖੋਜਿਆ ਗਿਆ ਸੀਗਾ? ਹੜੱਪਾ ਹੀ ਖੋਜਿਆ ਗਿਆ ਸੀਗਾ, ਤਾਂਹੀਓ ਕਰਕੇ ਇਹਦਾ ਨਾਮ ਕੀ ਪੈ ਗਿਆ? ਹੜੱਪਾ ਸਭਿਅਤਾ। ਇੰਦਸ ਵੈਲੀ ਸਿਵਿਲਾਈਜੇਸ਼ਨ ਕਿਉਂ ਬੋਲਦੇ ਆ? ਕਿਉਂਕਿ ਮੋਸਟਲੀ ਜਿਹੜੇ ਇਹਦੇ ਜਗ੍ਹਾਵਾਂ ਫਾਊਂਡ ਕੀਤੀਆਂ ਗਏ ਨੇ ਉਹ ਇੰਦਸ ਰਿਵਰ ਦੇ ਨੇੜੇ ਕੀਤੀਆਂ ਗਈਆਂ ਨੇ, ਇਸ ਕਰਕੇ ਇਹਨੂੰ ਇੰਦਸ ਵੈਲੀ ਸਿਵਿਲਾਈਜੇਸ਼ਨ ਬੋਲ ਦਿੰਦੇ ਹੈਗੇ। ਠੀਕ ਹੈ ਭਾਈ, ਆਲਸੋ ਇਹਨੂੰ ਕੀ ਬੋਲ ਦਿੰਦੇ ਆਪਾਂ? ਬ੍ਰੌਂਜ਼ ਸਿਵਿਲਾਈਜੇਸ਼ਨ ਵੀ ਬੋਲ ਦਿੰਦੇ ਆ, ਕਾਂਸਾ ਸਭਿਅਤਾ ਦੀ ਬੋਲ ਦਿੰਦੇ ਹੈਗੇ ਆ। ਠੀਕ ਹੈ ਜੀ, ਇਹਦਾ ਏਸ਼ੀਅੰਟ ਨਾਮ ਜਿਹੜਾ ਸਭ ਤੋਂ ਪੁਰਾਤਨ ਨਾਮ ਸੀ ਇਹਦਾ, ਏਸ਼ੀਅੰਟ ਨੇਮ ਕੀ ਸੀਗਾ? ਇਹਦਾ ਨੇਮ ਸੀਗਾ ਏਸ਼ੀਅੰਟ ਨੇਮ ਮੈਲਹੂਆ, ਮੈਲਹੂਆ, ਮੈਲਹੂਆ ਜਿਹੜਾ ਸੀਗਾ ਇਹਦਾ ਸਭ ਤੋਂ ਏਸ਼ੀਅੰਟ ਨਾਮ ਸੀਗਾ। ਪਹਿਲਾ ਬੰਦਾ ਜੌਹਨ ਮਾਰਸ਼ਲ ਸੀਗਾ, ਜੌਹਨ ਮਾਰਸ਼ਲ ਸੀਗਾ ਜਿਹਨੇ ਵਰਡ ਵਰਤਿਆ ਸੀਗਾ ਸਿੰਧੂ ਘਾਟੀ ਸਭਿਅਤਾ। ਠੀਕ ਹੈ ਜੀ, ਜੌਹਨ ਮਾਰਸ਼ਲ, ਓਕੇ ਭਾਈ, ਡਨ, ਕਲੀਅਰ? ਤਾਂ ਆ ਸੀਗੇ ਆਪਣੇ ਇੰਦੂ ਘਾਟੀ ਸਭਿਅਤਾ ਦੇ ਉੱਪਰ ਕੁਸ਼ਚਨ। ਵੈਸੇ ਤਾਂ ਬਹੁਤ ਬਣਦੇ ਹੁੰਦੇ ਆ, ਇਹ ਕੁਸ਼ਚਨ ਆਉਂਦਾ ਹੁੰਦਾ ਕਿ ਇਹਨਾਂ ਦੇ ਦੇਵਤੇ ਦਾ ਨਾਮ ਕੀ ਸੀਗਾ, ਜਿਹੜਾ ਫੇਮਸ ਦੇਵਤਾ ਸੀ ਇਹਨਾਂ ਦਾ, ਉਹਦਾ ਨਾਮ ਸੀਗਾ ਪਸ਼ੂਪਤੀ ਮਹਾਦੇਵਾ, ਪਸ਼ੂਪਤੀ ਮਹਾਦੇਵਾ। ਫਿਰ ਇਹ ਪੁੱਛਦੇ ਹੁੰਦੇ ਆ ਕਿ ਪਸ਼ੂਪਤੀ ਮਹਾਦੇਵਾ ਦੇ ਵਿੱਚ ਟੋਟਲ ਜਾਨਵਰ ਕਿੰਨੇ ਸੀਗੇ? ਤਾਂ ਟੋਟਲ ਜਾਨਵਰ ਕਿੰਨੇ ਸੀਗੇ? 6 ਟਾਈਪ ਆਫ ਜਾਨਵਰ ਕਿੰਨੇ ਸੀਗੇ? 5 ਸੀਗੇ। ਠੀਕ ਹੈ, ਸਭ ਪੜ੍ਹਿਆ ਹੋਇਆ ਆਪਾਂ, ਜੇ ਨਹੀਂ ਪੜ੍ਹਿਆ ਤਾਂ ਭਾਈ ਪੜ੍ਹ ਲਈਓ, ਛੱਡਣਾ ਨਹੀਂ ਆ ਕੁਛ। ਠੀਕ ਹੈ ਜੀ, ਫਿਰ ਆਪਾਂ ਇਹ ਪੁੱਛਦਾ ਹੁੰਦਾ ਕਿ ਇਹ ਕਿਹੜੀ ਧਾਤੂ ਤੋਂ ਜਾਣੂ ਨਹੀਂ ਸੀਗੇ ਇੰਦਸ ਵੈਲੀ ਸਿਵਿਲਾਈਜੇਸ਼ਨ ਦੇ ਲੋਕ? ਤਾਂ ਇਹ ਆਇਰਨ ਤੋਂ ਜਾਣੂ ਨਹੀਂ ਸੀਗੇ। ਕਿਹੜੇ ਜਾਨਵਰ ਤੋਂ ਨਹੀਂ ਜਾਣੂ ਸੀਗੇ? ਤਾਂ ਲਵਾਈਨ ਤੋਂ ਨਹੀਂ ਜਾਣੂ ਸੀਗੇ। ਓਕੇ ਭਾਈ, ਡਨ, ਚਲੀਏ, ਤਾਂ ਇਹ ਸਾਰਾ ਕੁਛ ਪੜ੍ਹਨਾ ਭਾਈ, ਛੱਡਣਾ ਨਹੀਂ ਆਪਾਂ ਕੁਛ ਵੀ। ਓਕੇ ਜੀ, ਚਲੋ ਜੀ, ਲਓ ਜੀ, ਫਿਰ ਏਸ਼ੀਅੰਟ ਹਿਸਟਰੀ ਦਾ ਸਵਾਲ ਆ। ਕਿਵੇਂ ਬਚ ਲਓਗੇ ਤੁਸੀਂ ਹਿਸਟਰੀ ਤੋਂ? ਕਿਵੇਂ ਕਹਿ ਦਿਓਗੇ ਵੀ ਹਿਸਟਰੀ 'ਚੋਂ ਕੁਸ਼ਚਨ ਨਹੀਂ ਆਉਂਦੇ? ਏਸ਼ੀਅੰਟ ਹਿਸਟਰੀ 'ਚੋਂ ਲਓ, ਆ ਗਿਆ ਏਸ਼ੀਅੰਟ ਹਿਸਟਰੀ ਦਾ ਹੋਰ ਕੁਸ਼ਚਨ, ਔਰ ਮੌਰੀਆ ਸਾਮਰਾਜ ਤਾਂ ਪੱਕਾ ਹੀ ਕੁਸ਼ਚਨ ਬਣਦੇ ਹੁੰਦੇ ਆ, ਇਹ ਤਾਂ ਹੈ ਨਹੀਂ ਗਾ ਨਹੀਂ ਬਣੂਗਾ ਕੁਸ਼ਚਨ। ਚਲੋ ਜੀ, ਤਾਂ ਮੌਰੀਆ ਸਾਮਰਾਜ ਦੀ ਸਥਾਪਨਾ ਪੁੱਛੀ ਹੈ ਯਾਰ, ਜਮਾਂ ਹੀ ਸੌਖੇ ਸੌਖੇ ਕੁਸ਼ਚਨ ਪੁੱਛਦੇ ਆ ਪੇਪਰ ਵਾਲੇ। ਕਹਿੰਦੇ ਮੌਰੀਆ ਸਾਮਰਾਜ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ ਹੈ? ਤਾਂ ਕਿਹਨੇ ਕੀਤੀ ਆ? ਚੰਦਰਗੁਪਤ ਮੌਰੀਆ ਦੇ ਦੁਆਰਾ। ਕਿਹਦੇ ਦੁਆਰਾ? ਚੰਦਰਗੁਪਤ ਮੌਰੀਆ ਦੇ ਦੁਆਰਾ। ਇੱਕ ਕੁਸ਼ਚਨ ਹੋਰ ਆਉਂਦਾ ਹੁੰਦਾ ਕਿ ਚੰਦਰਗੁਪਤ ਮੌਰੀਆ ਨੇ ਕਿਹਦੀ ਹੈਲਪ ਦੇ ਨਾਲ ਮੌਰੀਅਨ ਅੰਪਾਇਰ ਦੀ ਸਥਾਪਨਾ ਕੀਤੀ? ਤਾਂ ਆਪਾਂ ਆਨਸਰ ਲਾਵਾਂਗੇ ਚਾਣਕਿਆ ਦੀ ਮਦਦ ਦੇ ਨਾਲ। ਚਾਣਕਿਆ, ਜਿਹਨੂੰ ਆਲਸੋ ਆਪਾਂ ਕੀ ਬੋਲ ਦਿੰਦੇ ਹਾਂ? ਕੌਟਲਿਆ ਬੋਲ ਦਿੰਦੇ ਹਾਂ। ਆਲਸੋ ਆਪਾਂ ਇਹਨੂੰ ਕੀ ਬੋਲ ਦਿੰਦੇ ਹਾਂ? ਵਿਸ਼ਨੂੰ ਗੁਪਤ ਬੋਲ ਦਿੰਦੇ ਹਾਂ। ਆਲਸੋ ਆਪਾਂ ਇਹਨੂੰ ਵਿਸ਼ਨੂੰ ਗੁਪਤ ਵੀ ਬੋਲ ਦਿੰਦੇ ਹੈਗੇ। ਠੀਕ ਹੈ ਭਾਈ, ਇਸ ਦੀ ਇੱਕ ਬੁੱਕ ਦਾ ਨਾਮ ਵੀ ਬੜਾ ਫੇਮਸ ਹੈਗਾ, ਕਿਹੜੀ ਬੁੱਕ ਹੈਗੀ ਇਹਦੀ? ਅਰਥ ਸ਼ਾਸਤਰਾ। ਅਰਥ ਸ਼ਾਸਤਰ ਕਾਹਦੇ ਨਾਲ ਸੰਬੰਧਿਤ ਹੈਗੀ ਆ ਭਾਈ? ਇਹ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਜੀਵਨ ਨਾਲ ਸੰਬੰਧਿਤ ਹੈਗੀ ਹੈ। ਠੀਕ ਹੈ ਜੀ, ਫਿਰ ਇਹ ਪੁੱਛਦਾ ਹੁੰਦਾ ਕਿ ਚੰਦਰਗੁਪਤ ਮੌਰੀਆ ਨੇ ਕਿਹਨਾਂ ਨੂੰ ਹਰਾ ਕੇ ਸਥਾਪਨਾ ਕੀਤੀ ਸੀ ਮੌਰੀਅਨ ਅੰਪਾਇਰ ਦੀ? ਤਾਂ ਆਪ ਆਪਣੇ ਨੰਦਿਆਂ ਨੂੰ ਹਰਾਇਆ ਸੀਗਾ, ਨੰਦਾ ਡਨੈਸਟੀ ਨੂੰ ਹਰਾਇਆ ਸੀਗਾ ਅਤੇ ਮੌਰੀਅਨ ਅੰਪਾਇਰ ਦੀ ਸਥਾਪਨਾ ਕੀਤੀ ਸੀਗੀ। ਕਿਹੜੇ ਰਾਜੇ ਨੂੰ ਹਰਾਇਆ ਸੀਗਾ? ਜੇ ਰਾਜੇ ਦਾ ਨਾਮ ਪੁੱਛ ਲਿਆ ਤਾਂ ਫਿਰ ਆਨਸਰ ਕੀ ਲਾਵਾਂਗੇ ਆਪਾਂ? ਦਣਾਨੰਦਾ ਨੂੰ ਹਰਾਇਆ ਸੀਗਾ। ਕਿਹਨੂੰ ਹਰਾਇਆ ਸੀਗਾ? ਦਣਾਨੰਦਾ।
ਠੀਕ ਹੈ ਭਾਈ, ਧਨਾਨੰਦ ਨੂੰ ਹਰਾ ਕੇ ਮੌਰੀਅਨ ਅੰਪਾਇਰ ਦੀ ਸਥਾਪਨਾ ਕੀਤੀ ਚੰਦਰਗੁਪਤ ਮੌਰੀਆ ਦੇ ਦੁਆਰਾ। ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਕਿਹੜਾ ਜਿਹੜਾ ਯਾਤਰੀ ਆਇਆ ਸੀ ਉਹ ਤੁਸੀਂ ਮੈਨੂੰ ਦੱਸਿਓ। ਠੀਕ, ਤੁਹਾਡੇ ਲਈ ਇੱਕ ਹੋਰ ਕੁਐਸਚਨ ਹੈਗਾ ਕਿ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਆਉਣ ਵਾਲਾ ਯਾਤਰੀ ਕਿਹੜਾ ਸੀਗਾ। ਠੀਕ ਹੈ ਭਾਈ, ਇਹ ਤੁਸੀਂ ਮੈਨੂੰ ਦੱਸ ਦਿਓ। ਓਕੇ ਜੀ, ਡਨ, ਕਲੀਅਰ, ਚਲੋ ਜੀ, ਗੁੱਡ ਬੋਏ। ਕੁੜੀਆਂ ਵੀ ਗੁੱਡ ਆ, ਕੱਲਾ ਬੋਏ ਨਹੀਂ। ਠੀਕ ਹੈ, ਚਲੋ ਵੀ ਆਉਣਾ। ਵੈਸੇ ਸਟੈਟਿਕ ਜੀ ਕਿਹਦਾ ਕੁਐਸਚਨ ਸੀਗਾ ਉਹ ਮੈਡਮ ਤੋਂ ਭੁਲੇਖੇ ਨਾਲ ਟਾਈਪ ਹੋ ਗਿਆ, ਪਰ ਫਿਰ ਵੀ ਆਪਾਂ ਆਂਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਕਹਿੰਦੇ ਸੰਤੀ ਸਤੂਪਾ ਕਿੱਥੇ ਹੈ? ਤਾਂ ਕਿੱਥੇ ਆ ਭਾਈ ਸੰਤੀ ਸਤੂਪਾ? ਜੰਮੂ 'ਚ ਆ, ਭੋਪਾਲ 'ਚ ਆ, ਜੈਪੁਰ 'ਚ ਆ, ਕਿੱਥੇ ਆ? ਚੇਨਈ 'ਚ ਆ। ਕਿੱਥੇ ਆ ਭਾਈ ਇਹ? ਭੋਪਾਲ, ਮੱਧ ਪ੍ਰਦੇਸ਼ 'ਚ ਆ। ਕਿੱਥੇ ਹੈਗਾ? ਮੱਧ ਪ੍ਰਦੇਸ਼, ਭੋਪਾਲ। ਠੀਕ ਹੈ, ਤਾਂ ਆਂਸਰ ਬਣ ਜੂਗਾ ਆਪਣਾ ਬੀ। ਇਹ ਜ਼ਿਆਦਾ ਸਟੈਟਿਕ ਜੀਕੇ ਦਾ ਕੁਐਸਚਨ ਆ, ਮੈਨੂੰ ਇਹਦੇ ਬਾਰੇ ਇੰਨਾ ਜ਼ਿਆਦਾ ਪਤਾ ਨਹੀਂ ਹੈ ਸਾਂਚੀ ਸਤੂਪ ਬਾਰੇ, ਪਰ ਜਿੰਨੀ ਕੁ ਮੇਰੀ ਨੌਲੇਜ ਕਹਿੰਦੀ ਹੈਗੀ ਆ ਮੈਂ ਉਹ ਦੱਸਣ ਦੀ ਕੋਸ਼ਿਸ਼ ਕਰਦਾ ਹੈਗਾ। ਸਾਂਚੀ ਸਤੂਪ ਭਾਈ ਕਿਹਦੇ ਨਾਲ ਸੰਬੰਧਿਤ ਹੈਗਾ? ਤਾਂ ਇਹ ਬੁੱਧ ਧਰਮ ਨਾਲ ਸੰਬੰਧਿਤ ਹੈਗਾ। ਹਾਂ, ਇਹ ਆਪਾਂ ਕਹਿ ਸਕਦੇ ਹੈਗੇ ਕਿ ਹਿਸਟਰੀ 'ਚ ਆ ਜਾਂਦਾ, ਬੁੱਧਿਜ਼ਮ ਨਾਲ ਦੇ ਨਾਲ ਸੰਬੰਧਿਤ ਹੈਗਾ। ਔਰ ਕਿਹਦੇ ਦੁਆਰਾ ਇਹਨੂੰ ਪਹਿਲੀ ਵਾਰੀ ਉਹ ਕੀਤਾ ਗਿਆ ਸੀ, ਆਪਾਂ ਕਹਿੰਦੇ ਪੈਟਰਲਾਈਜ਼ ਕੀਤਾ ਗਿਆ ਜਾਂ ਖੋਜਿਆ ਗਿਆ, ਕਿਹਦੇ ਦੁਆਰਾ? ਤਾਂ ਅਸ਼ੋਕਾ ਦੇ ਨਾਲ। ਠੀਕ ਹੈ ਜੀ, ਜੇ ਅਸ਼ੋਕੇ ਦੀ ਗੱਲ ਹੋ ਰਹੀ ਆ ਤਾਂ ਇਹਦੀ ਇੱਕ ਬੈਟਲ ਆਉਂਦੀ ਹੁੰਦੀ ਆ ਪੇਪਰ ਦੇ ਵਿੱਚ। ਕਿਹੜੀ ਬੈਟਲ ਸੀਗੀ? ਬੈਟਲ ਆਫ ਕਲਿੰਗਾ, ਬੈਟਲ ਆਫ ਕਲਿੰਗਾ, ਜਿਹੜੀ 261 BC 'ਚ ਲੜੀ ਸੀਗੀ ਇਹਨੇ। ਬੈਟਲ ਆਫ ਕਲਿੰਗਾ 261 BC ਦੇ ਵਿੱਚ ਇੱਕੋ ਇੱਕ ਇਹਦੀ ਬੈਟਲ ਸੀਗੀ ਜਿਹੜੀ ਇਹਨੇ ਲੜੀ ਆ। ਉਸ ਤੋਂ ਬਾਅਦ ਇਹਨੇ ਆਪਦਾ ਧਰਮ ਜਿਹੜਾ ਹੈਗਾ ਉਹ ਚੇਂਜ ਕਰ ਲਿਆ ਸੀਗਾ। ਬੈਰੀ ਗੋਸ਼ਾ ਤੋਂ ਕਾਹਦੇ 'ਚ ਚੇਂਜ ਹੋ ਗਿਆ ਸੀਗਾ? ਦਮਾ ਗੋਸ਼ਾ। ਵੀ ਮੇਰਾ ਹੁਣ ਕੋਈ ਵੈਰੀ ਨਹੀਂ ਹੈਗਾ, ਮੈਂ ਤਾਂ ਧਰਮ ਅਪਣਾਉਣਾ। ਫਿਰ ਕਿਹੜਾ ਧਰਮ ਅਪਣਾ ਲਿਆ ਸੀਗਾ? ਬੁੱਧ ਧਰਮ। ਤਾਂਹੀਓ ਕਰਕੇ ਫਿਰ ਇਹਨੇ ਬੁੱਧ ਧਰਮ ਦੇ ਵਿੱਚੋਂ ਕਿਹੜੀ ਜਿਹੜੀ ਹੈਗੀ ਆ ਕੌਂਸਲ ਨੂੰ ਉਹ ਕੀਤਾ ਸੀਗਾ, ਪ੍ਰਜ਼ਾਈਡ ਕੀਤਾ ਸੀਗਾ, ਤਾਂ ਕਿਹੜੀ ਸੀਗੀ? ਤੀਸਰੀ ਸੀਗੀ। ਠੀਕ ਹੈ ਭਾਈ, ਓਕੇ, ਡਨ। ਤਿੰਨੇ ਯਾਦ ਕਰਦੇ ਨੇ ਆਪਾਂ, AK ਤੋਂ ਪਹਿਲੀ ਕਿਹਨੇ ਕੀਤੀ ਸੀਗੀ? ਆਜ਼ਾਦ ਸ਼ਤਰੂ, ਦੂਜੀ ਕਾਲਾ ਅਸ਼ੋਕਾ ਨੇ, ਤੀਸਰੀ ਅਸ਼ੋਕੇ ਨੇ, ਚੌਥੀ ਕਨਿਸ਼ਕ ਨੇ। ਹੋਈ ਕਿੱਥੇ ਸੀਗੀ? ਪਹਿਲੀ ਹੋਈ ਸੀਗੀ ਰਾਜਗ੍ਰਹਿ 'ਚ, ਦੂਸਰੀ ਹੋਈ ਸੀਗੀ ਆਪਣੀ ਵੱਲਭੀ ਦੇ ਵਿੱਚ, ਤੀਸਰੀ ਹੋਈ ਸੀ ਆਪਣੀ ਪਾਟਲੀਪੁੱਤਰਾ ਦੇ ਵਿੱਚ, ਚੌਥੀ ਕਿੱਥੇ ਹੋਈ ਸੀਗੀ? ਆਪਣੀ ਕਸ਼ਮੀਰ ਦੇ ਵਿੱਚ। ਆ ਗਈਆਂ ਯਾਦ ਸਾਰਿਆਂ ਦੇ? ਆ ਗਈਆਂ, ਠੀਕ ਹੈ। ਚਲੋ ਭਾਈ, ਚਲੀਏ ਅੱਗੇ। ਸੀਗਾ ਸਟੈਟਿਕ ਜੀਕੇ ਦਾ ਕੁਐਸਚਨ, ਕਿੰਨਾ ਕੁਛ ਸਮਝ ਲਿਆ ਆਪਾਂ, ਹੈ ਤਾਂ ਕਲਾਸ ਦਾ ਫਾਇਦਾ ਤਾਂ ਕੁਛ ਨਾ ਕੁਛ ਤਾਂ ਹੋਊਗਾ। ਲਾਇਆ ਕਰੋ, ਸ਼ੇਅਰ ਵੀ ਕਰਦਿਆ ਕਰੋ, ਲਾਈਕ ਕਮੈਂਟ ਵੀ ਕਰਦਿਆ ਕਰੋ। ਬੈਠੇ ਰਹਿੰਦੇ ਹੋ ਚੁੱਪ ਕਰਕੇ, ਮਾਰੂੰ ਦੇਖ ਲਓ ਸਾਰਿਆਂ ਨੂੰ, ਆਨਲਾਈਨ ਕੁੱਟ ਪਿਆ ਕਰੂਗੀ ਤੁਹਾਡੇ ਸਭ ਦੇ। ਜਿਹਦੇ ਨੌਕਰੀਆਂ ਲੱਗ ਗਏ ਨਾ ਉਹਦੇ ਕੁੱਟੂੰਗਾ ਆਫਿਸ 'ਚ ਆ ਕੇ। ਠੀਕ ਹੈ, ਚਲੋ। ਹਾਂਜੀ, ਫਿਰ 1857 'ਤੇ ਕੁਐਸਚਨ ਆ ਗਿਆ ਯਾਰ। ਇਹ 1857 ਹੋ ਗਿਆ, ਸਿੰਧੂ ਘਾਟੀ ਸਭਿਅਤਾ ਹੋ ਗਈ, INC ਹੋ ਗਈ, ਗਾਂਧੀ ਪੀਰੀਅਡ ਹੋ ਗਿਆ, ਇਹਨਾਂ ਦੇ ਉੱਪਰ ਤਾਂ ਕੁਐਸਚਨ ਆਉਂਦੇ ਆ ਯਾਰ, ਇਹ ਤਾਂ ਪੜ੍ਹ ਲਈਓ, ਇਹ ਨਹੀਂ ਛੱਡਣੇ ਆਪਾਂ। ਠੀਕ ਹੈ ਜੀ, ਚਲੋ। ਕੀ ਕਹਿ ਰਿਹਾ? ਵੇਅਰ ਡਿਡ ਦਾ ਰਿਵੋਲਟ ਆਫ 1857 ਸਟਾਰਟ? ਇਹ ਤਾਂ ਮੈਂ ਪਹਿਲਾਂ ਹੀ ਦੱਸ ਹਟਿਆ ਸੀਗਾ ਓਏ, ਕਿੱਥੋਂ ਸਟਾਰਟ ਹੋਇਆ ਸੀਗਾ? ਹੁਣ ਦੱਸ ਦਿਓ ਯਾਰ ਤੁਸੀਂ, ਕਿੱਥੋਂ ਸਟਾਰਟ ਹੋਇਆ ਸੀਗਾ? ਮੇਰਠ 'ਤੇ ਸਟਾਰਟ ਹੋਇਆ ਸਾ। ਕਹਾਂ ਸੇ? ਮੇਰਠ ਤੋਂ। ਠੀਕ ਹੈ ਜੀ, ਕਦੋਂ? 10 ਮਈ 1857 ਨੂੰ, 10 ਮਈ 1857। ਠੀਕ ਹੈ ਭਾਈ, ਕੌਣ ਸੀ ਮੇਰਠ ਤੋਂ? ਮੰਗਲ ਪਾਂਡੇ। ਕੁਛ ਕੁ ਹੋਰ ਵੀ ਪੜ੍ਹ ਲੈਂਦੇ ਆਪਾਂ, ਦੇਖੋ। ਜਿਵੇਂ ਦੱਸੋ, ਕਾਨਪੁਰ ਤੋਂ ਕੌਣ ਸੀਗੇ ਆਪਣੇ? ਕਾਨਪੁਰ ਤੋਂ ਨਾਨਾ ਸਾਹਿਬ। ਕਾਨਪੁਰ ਸੇ ਕੌਣ ਥਾ? ਨਾਨਾ ਸਾਹਿਬ। ਲਖਨਊ ਸੇ ਕੌਣ ਥਾ? ਲਖਨਊ ਸੇ ਥਾ ਯਾਰ ਬੇਗਮ ਹਜ਼ਰਤ ਮਹਿਲ। ਇਹ ਕਿੱਥੋਂ ਸੀਗੇ? ਕਿੱਥੋਂ ਸੀ ਇਹ? ਲਖਨਊ ਤੋਂ ਯਾਰ। ਠੀਕ ਹੈ, ਦਿੱਲੀ ਤੋਂ ਕੌਣ ਸੀਗੇ? ਜਨਰਲ ਬਖਤ ਖਾਨ। ਦਿੱਲੀ ਸੇ ਕੌਣ ਥਾ? ਜਨਰਲ ਬਖਤ ਖਾਨ। ਬਿਹਾਰ ਸੇ ਜਗਦੀਸ਼ਪੁਰ ਸੇ ਕੌਣ ਥਾ? ਬਿਹਾਰ ਸੇ ਕੁੰਵਰ ਸਿੰਘ। ਬਿਹਾਰ ਸੇ ਕੌਣ ਥਾ? ਕੁੰਵਰ ਸਿੰਘ। ਝਾਂਸੀ ਥੇ ਕੌਣ ਥਾ?
ਲਕਸ਼ਮੀ ਬਾਈ, ਝਾਂਸੀ ਸੇ ਕੌਣ ਥਾ? ਲਕਸ਼ਮੀ ਬਾਈ। ਆ ਗਏ ਯਾਦ ਸਾਰੇ? ਹੋ ਗਈ ਰਿਵੀਜ਼ਨ? ਚਲੋ ਜੀ ਫਿਰ, ਤਾਂ ਤੈਨੂੰ ਆਪਾਂ ਰਿਵੀਜ਼ਨ ਕਲਾਸ ਦਾ ਨਾਮ ਦਿੱਤਾ ਹੈਗਾ, ਠੀਕ ਹੈ ਜੀ? ਪੜ੍ਹਾਈ ਵਿਦ ਮਸਤੀ, ਠੀਕ ਹੈ? ਚਲੋ ਜੀ, ਚਲੋ ਜੀ, ਅਗਲਾ ਦੇਖ ਲਓ। ਲਓ ਜੀ, ਪੋਲਿਟੀ ਦਾ ਕੁਸ਼ਚਨ ਆ ਗਿਆ। ਕਹਿੰਦੇ ਪੋਲੀਟਿਕਸ ਆਫ ਕਨਸਾਈਂਸ ਹੈਜ਼ ਬੀਨ ਇਨ ਵਿੱਚ ਆਫ ਦੀ ਫਾਲੋਇੰਗ, ਸਹਿਮਤੀ ਦੀ ਰਾਜਨੀਤੀ ਕਿਸ ਦੇ ਵਿੱਚ ਪਾਈ ਜਾਂਦੀ ਹੈ? ਰੱਟਾ ਸਭ ਨੇ ਮਾਰਿਆ ਹੋਊਗਾ, ਪਿਛਲੀ ਆਂਸਰ ਕੀ ਜ਼ਰੂਰ ਦੇਖ ਲਈ ਹੋਣੀ ਆ, ਆਂਸਰ ਵੀ ਲਾਤਾ ਹੋਣਾ ਵੀ ਇਹ ਆਪਸ਼ਨ ਬੰਦ ਆ। ਸਹੀ ਹੈ, ਇਹ ਹੀ ਬੰਦ ਆ, ਪਰ ਯਾਰ ਸਮਝ ਆਵੇ ਤਾਂ ਫੇਰ ਗੱਲ ਬਣੇ। ਰੱਟਾ ਮਾਰੇ ਦਾ ਕੀ ਫਾਇਦਾ ਹੈ? ਰੱਟਾ ਤਾਂ ਸਾਰੇ ਹੀ ਮਾਰੀ ਜਾਂਦੇ ਆ, ਮੈਂ ਵੀ ਇਕੱਲਾ ਆਂਸਰ ਦੇਖ ਕੇ ਭੱਜਿਆ ਕਰਦਾ ਫਿਰ ਤਾਂ, ਠੀਕ ਹੈ? ਸਮਝੋ ਗੱਲ ਨੂੰ। ਇਹ ਕਹਿ ਰਿਹਾ ਸਹਿਮਤੀ ਦੀ ਰਾਜਨੀਤੀ। ਸਹਿਮਤੀ ਦੀ ਰਾਜਨੀਤੀ ਦਾ ਮਤਲਬ ਕੀ ਹੈਗਾ? ਜਿੱਥੇ ਸਰਕਾਰਾਂ ਦੇ ਵਿੱਚ ਗਠਬੰਧਨ ਹੋਵੇ ਉਹਨੂੰ ਆਪਾਂ ਬੋਲਦੇ ਹਾਂ ਸਹਿਮਤੀ ਦੀ ਰਾਜਨੀਤੀ ਬੋਲ ਦਿੰਦੇ ਹਾਂ, ਠੀਕ ਹੈ ਜੀ? ਤਾਂ ਜਿੱਥੇ ਸਹਿਮਤੀ ਹੋਊਗੀ ਉੱਥੇ ਆਟੋਮੈਟਿਕਲੀ ਕੀ ਹੋਊਗੀ? ਕੋਲੀਜ਼ਨ ਹੋਊਗਾ, ਮਤਲਬ ਕੀ ਹੋਣਗੇ? ਉਹ ਇਕੱਠੀਆਂ ਹੋ ਜਾਣਗੀਆਂ ਪਾਰਟੀਆਂ। ਇਸ ਨੂੰ ਆਪਾਂ ਸਿੰਪਲ ਭਾਸ਼ਾ 'ਚ ਹੰਗ ਪਾਰਲੀਮੈਂਟ ਕਹਿ ਸਕਦੇ ਹਾਂ। ਸਮਝਦੇ ਹੋ ਹੰਗ ਪਾਰਲੀਮੈਂਟ ਕੀ ਹੁੰਦੀ ਆ? ਹੰਗ ਪਾਰਲੀਮੈਂਟ, ਹੰਗ ਪਾਰਲੀਮੈਂਟ ਉਹ ਹੁੰਦੀ ਆ ਭਾਈ ਜਿੱਥੇ ਨਾ ਵੀ ਕਿਸੇ ਵੀ ਪਾਰਟੀ ਨੂੰ ਕਲੀਅਰ ਕੱਟ ਮੈਜੋਰਟੀ ਨਹੀਂ ਮਿਲੀ, ਜਿਵੇਂ ਹੋਣ ਵਾਲੀ ਕਹਿ ਲਓ ਵੀ ਕਿਸੇ ਵੀ ਪਾਰਟੀ ਨੂੰ ਕਲੀਅਰ ਕੱਟ ਮੈਜੋਰਟੀ ਨਹੀਂ ਮਿਲੀ ਆ ਤਾਂ ਆਪਸ ਦੇ ਵਿੱਚ ਇਕੱਠੀਆਂ ਹੋ ਕੇ ਸਰਕਾਰਾਂ ਬਣਾ ਰਹੀਆਂ ਨੇ, ਉਹਨੂੰ ਆਪਾਂ ਬੋਲ ਦਿੰਦੇ ਹੈਗੇ ਆ ਹੰਗ ਪਾਰਲੀਮੈਂਟ ਜਾਂ ਰਲਮੀ ਮਿਲਮੀ ਸਰਕਾਰ ਬੋਲ ਦਿੰਦੇ ਹਾਂ। ਤਾਂ ਜਿੱਥੇ ਇਸ ਪ੍ਰਕਾਰ ਦੀ ਸਹਿਮਤੀ ਹੋਊਗੀ ਉਹਨੂੰ ਆਪਾਂ ਕਿਹੜੀ ਸਰਕਾਰ ਬੋਲਾਂਗੇ? ਹੰਗ ਪਾਰਲੀਮੈਂਟ ਬੋਲਾਂਗੇ ਜਾਂ ਕੋਲੀਜ਼ਨ ਵਾਲੀ ਗਵਰਨਮੈਂਟ ਬੋਲ ਦਾਂਗੇ, ਠੀਕ ਹੈ ਭਾਈ? ਓਕੇ ਆ ਜੀ, ਆਹ ਤਾਂ ਕੁਛ ਨਹੀਂ ਹੋਊਗਾ। ਵਰਕਿੰਗ ਆਫ ਜੁਡੀਸ਼ਰੀ ਸਿਸਟਮ, ਨਾ ਜੁਡੀਸ਼ਰੀ ਤਾਂ ਗੱਲ ਹੀ ਨਹੀਂ ਆ ਸਕਦੀ ਪੋਲੀਟਿਕਸ ਦੇ ਵਿੱਚ। ਫੈਡਰਲ ਗਵਰਨਮੈਂਟ, ਹਾਂ ਫੈਡਰਲ ਤਾਂ ਥੋੜ੍ਹਾ ਬਹੁਤਾ ਉਲਝ ਸਕਦੇ ਸੀਗੇ, ਪਰ ਫੈਡਰਲ ਦੇ ਵਿੱਚ ਕੀ ਹੁੰਦਾ ਯਾਰ, ਉੱਥੇ ਪਾਵਰ ਡਿਵਾਈਡ ਹੁੰਦੀਆਂ ਨੇ ਸੈਂਟਰ ਅਤੇ ਸਟੇਟ ਦੇ ਵਿੱਚ। ਉੱਥੇ ਸਹਿਮਤੀ ਕਿੱਥੇ? ਤਾਂ ਪਹਿਲਾਂ ਹੀ ਦੱਸਤਾ ਵੀ ਆਹ ਕੰਮਾਂ 'ਤੇ ਆਹ ਕੰਮ ਕਰੂਗਾ ਸੈਂਟਰ, ਇਸ 'ਤੇ ਕੰਮ ਕਰੂਗੀ ਸਟੇਟ, ਇਸ 'ਤੇ ਕੰਮ ਕਰੂਗੀ, ਉੱਥੇ ਕਾਹਦੀ ਸਹਿਮਤੀ ਹੈ, ਠੀਕ ਹੈ? ਚਲੋ ਭਾਈ ਅੱਗੇ ਚੱਲੀਏ। ਹੁਣ ਲਓ ਜੀ, ਅਗਲਾ ਵੀ ਭਾਈ ਸਟੈਟਿਕ ਬੇਸ ਜਿਹਾ ਕੁਸ਼ਚਨ ਸੀਗਾ, ਸੀਗਾ ਤਾਂ ਪੋਲਿਟੀ ਦਾ ਹੀ, ਪਰ ਉਹਨੇ ਪਾ ਸਟੈਟਿਕ ਬੇਸ ਦਿੱਤਾ। ਇਹੋ ਜਿਹੇ ਅੱਗੇ ਕੁਸ਼ਚਨ ਨਾ ਮਾਸਟਰ ਕੈਡਰ ਦੇ ਪੇਪਰ 'ਚ ਆਉਂਦੇ ਹੁੰਦੇ ਸੀਗੇ, ਹੁਣ ਇਹਨਾਂ ਨੇ ਪੰਜਾਬ ਵਾਲਿਆਂ ਨੇ ਪਾਉਣੇ ਸ਼ੁਰੂ ਕਰਤੇ ਆ, ਠੀਕ ਹੈ? ਤਾਂ ਕੀ ਪੁੱਛ ਰਿਹਾ? ਦ ਲੈਟਿਨ ਵਰਡ ਫਿਊਡਿਸ, ਆਹ ਵੀ ਕੁਸ਼ਚਨ ਧਿਆਨ ਰੱਖਿਓ, ਅੱਗੇ ਅਗਲੇ ਪੇਪਰਾਂ 'ਚ ਆ ਜਾਊਗਾ ਹੁਣ ਤੁਹਾਨੂੰ ਵੀ ਫਿਊਡਿਸ ਜਿਹੜਾ ਹੈਗਾ ਕਿਹੜੀ ਭਾਸ਼ਾ ਦਾ ਸ਼ਬਦ ਆ? ਲਤੀਨੀ ਭਾਸ਼ਾ ਦਾ ਸ਼ਬਦ ਆ। ਗਿਵਿੰਗ ਬਰਥ ਟੂ ਦਾ ਟਰਮ ਫੈਡਰੇਸ਼ਨ, ਜਿਹਨੇ ਕਹਿੰਦੇ ਫੈਡਰੇਸ਼ਨ ਨੂੰ ਜਨਮ ਦਿੱਤਾ ਹੈਗਾ। ਫੈਡਰੇਸ਼ਨ ਦਾ ਮਤਲਬ ਪੁੱਛਿਆ ਯਾਰ ਥੋੜ੍ਹੇ ਤੋਂ, ਫੈਡਰੇਸ਼ਨ ਦਾ ਮਤਲਬ ਕੀ ਹੁੰਦਾ? ਬਾਲੇ ਸਟੂਡੈਂਟ ਨੇ ਨਾ ਆਹ ਆਂਸਰ ਲਾਇਆ ਸੀਗਾ, ਡਿਵੀਜ਼ਨ, ਵੀ ਪਾਵਰ ਦੀ ਬਖਰੀਵਾਂ ਹੋਇਆ, ਪਾਵਰਾਂ ਵੰਡੀਆਂ ਹੋਈਆਂ ਨੇ ਤਾਂ ਉਹਨੂੰ ਡਿਵੀਜ਼ਨ ਦਾ ਨਾਮ ਦਿੱਤਾ। ਪਰ ਨਹੀਂ ਯਾਰ, ਫੈਡਰੇਸ਼ਨ ਦੇ ਵਿੱਚ ਕੀ ਹੁੰਦੀ ਆ? ਟ੍ਰੀਟੀ ਹੁੰਦੀ ਆ। ਮੈਂ ਹੁਣੇ ਪਿੱਛੇ ਦੱਸ ਕੇ ਹਟਿਆ ਕਿ ਫੈਡਰਲ ਗਵਰਨਮੈਂਟ ਉਹ ਹੁੰਦੀ ਹੈ ਜਿੱਥੇ ਪਹਿਲਾਂ ਹੀ ਦੱਸਤਾ ਵੀ ਆਹ ਕੰਮ ਆਹ ਕਰੂਗਾ, ਆਹ ਕੰਮ ਆਹ ਕਰੂਗਾ। ਹੁਣ ਦੇਖੋ ਜਦੋਂ ਲੜਾਈ ਹੋ ਜਾਂਦੀ ਹੈ, ਜਿਹਨੂੰ ਆਪਾਂ ਰਾਜ਼ੀਨਾਮਾ ਕਹਿੰਦੇ ਹਾਂ, ਰਾਜ਼ੀਨਾਮੇ ਦੇ ਵਿੱਚ ਕੀ ਹੁੰਦਾ ਵੀ ਭਾਈ ਆਹ ਬੰਦੇ ਆਹ ਨਹੀਂ ਕਰਨਗੇ, ਅਸੀਂ ਆਹ ਨਹੀਂ ਕਰਾਂਗੇ, ਵੀ ਸਾਡੀ ਕੁੜੀ ਨੂੰ ਮਾਰੂਗਾ ਨਹੀਂ, ਕੁੱਟੂਗਾ ਨਹੀਂ, ਤੰਗ ਨਹੀਂ ਕਰੂਗਾ, ਜਾਂ ਕੁਛ ਹੋਰ ਹੋ ਗਿਆ ਵੀ ਸਾਨੂੰ ਇੰਨੇ ਪੈਸੇ ਦੇ ਦਿਓ ਇੰਨੇ ਕੱਲ੍ਹ। ਮਤਲਬ ਉੱਥੇ ਕੀ ਹੋ ਗਈ ਆ? ਸਹਿਮਤੀ ਹੋਈ ਆ। ਤਾਂਹੀਓ ਕਰਕੇ ਫਿਰ ਸਿੱਧੀ ਜੀ ਗੱਲ ਆ, ਫਿਊਡਿਸ ਦਾ ਮਤਲਬ ਕੀ ਹੋਊਗਾ? ਸਹਿਮਤੀ ਹੋਊਗਾ। ਕੀ ਹੋ ਜਾਊਗਾ? ਟ੍ਰੀਟੀ ਹੋ ਜਾਊਗਾ, ਜਾਂ ਆਪਾਂ ਕਹਿ ਲਈਏ ਸੰਧੀ ਕਹਾਂਗੇ ਆਪਾਂ। ਕੀ ਕਹਾਂਗੇ? ਸੰਧੀ ਕਹਾਂਗੇ। ਉੱਥੇ ਫਿਰ ਕੀ ਹੁੰਦੀ ਹੈ? ਸੰਧੀ ਤਾਂ ਹੁੰਦੀ ਹੈ, ਜਦੋਂ ਰਾਜ਼ੀਨਾਮਾ ਹੁੰਦਾ ਉਦੋਂ ਕੀ ਹੁੰਦੀਆਂ ਨੇ? ਸੰਧੀਆਂ ਹੁੰਦੀਆਂ ਨੇ, ਟ੍ਰੀਟੀਆਂ ਹੀ ਸਾਈਨ ਹੁੰਦੀਆਂ ਨੇ। ਸਿੰਪਲ ਯਾਰ, ਠੀਕ ਹੈ? ਚਲੋ ਜੀ, ਫਿਰ ਵੀ ਜੇ ਨਾ ਕੁਛ ਸਮਝ ਲੱਗਿਆ ਕਿ ਨਾ ਪੁੱਛ ਲਿਆ ਕਰੀਓ, ਠੀਕ ਹੈ? ਕਮੈਂਟ ਦੇ ਵਿੱਚ ਲਿਖ ਦਿਆ ਕਰੋ, ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੁੰਦਾ ਸਭ ਦੇ, ਠੀਕ ਹੈ ਜੀ? ਲਓ ਜੀ, ਲਓ ਜੀ, ਲਓ ਜੀ, ਲਓ ਜੀ, ਬੜਾ ਹੀ ਘੈਂਟ ਕੁਸ਼ਚਨ ਆ ਗਿਆ। ਕਹਿੰਦੇ ਪੁੰਛੀ ਕਮਿਸ਼ਨ ਨੇ ਕਿੰਨੀਆਂ ਸਿਫਾਰਿਸ਼ਾਂ ਦਿੱਤੀਆਂ ਸੀਗੀਆਂ? ਹੁਣ ਕਈ ਸਟੂਡੈਂਟਾਂ ਨੂੰ ਨਾ ਵਿਚਾਰਿਆਂ ਨੂੰ ਇਹ ਵੀ ਨਹੀਂ ਪੜ੍ਹਾਇਆ ਜਾਂਦਾ ਹੁੰਦਾ ਹੈਗਾ, ਮੈਂ ਇਹ ਕਹਿੰਦਾ ਵੀ ਤੁਹਾਡਾ ਆਪਦਾ ਫਰਜ਼ ਆ ਪੜ੍ਹਨ ਦਾ, ਜੇ ਨਹੀਂ ਪੜ੍ਹਾਇਆ ਕਿਸੇ ਨੇ ਤਾਂ। ਪੁੰਛੀ ਕਮਿਸ਼ਨ ਕੀ ਹੈ ਭਾਈ? ਆਪਣੇ ਨਾ ਸੈਂਟਰ ਅਤੇ ਸਟੇਟ ਦੇ ਰਿਲੇਸ਼ਨਾਂ ਨੂੰ ਜਾਣਨ ਵਾਸਤੇ, ਸੈਂਟਰ ਅਤੇ ਸਟੇਟ ਦੇ ਰਿਲੇਸ਼ਨਾਂ ਨੂੰ ਜਾਣਨ ਵਾਸਤੇ, ਸੰਬੰਧਾਂ ਨੂੰ ਜਾਣਨ ਵਾਸਤੇ ਟਾਈਮ ਟੂ ਟਾਈਮ ਕਮਿਸ਼ਨ ਬੈਠਦੇ ਰਹੇ ਆ। ਉਹਨਾਂ ਨੂੰ ਆਪਾਂ ਨਾਮ ਦੇ ਦਿੰਦੇ ਹੁੰਦੇ ਹਾਂ ਸੈਂਟਰ ਸਟੇਟ ਰਿਲੇਸ਼ਨ ਦੇ ਕਮਿਸ਼ਨ ਕਹਿ ਦਿੰਦੇ ਹਾਂ। ਜਿਵੇਂ ਇਹਦੇ 'ਚ ਸਭ ਤੋਂ ਫੇਮਸ ਜਿਹੜਾ ਹੈਗਾ ਉਹ ਸਰਕਾਰੀਆ ਕਮਿਸ਼ਨ ਆ,
ਸਰਕਾਰੀ ਆ ਕਮਿਸ਼ਨ ਹੈਗਾ, ਇਹ ਸਾਨੂੰ ਸ਼ਾਇਦ ਬੀ ਏ 'ਚ ਵੀ ਪੜ੍ਹਾਤਾ ਹੋਣਾ, 1983 ਦੇ ਵਿੱਚ ਆਇਆ ਸੀ ਇਹ ਸਰਕਾਰੀ ਆ ਕਮਿਸ਼ਨ, ਸੈਂਟਰ ਅਤੇ ਸਟੇਟ ਦੇ ਰਿਲੇਸ਼ਨਾਂ ਨੂੰ ਜਾਣਨ ਵਾਸਤੇ ਹੀ ਆਇਆ ਸੀਗਾ, ਠੀਕ ਹੈ ਜੀ। ਉਵੇਂ ਹੀ ਸੀਗਾ ਭਾਈ ਇੱਕ ਪੁੰਛੀ ਕਮਿਸ਼ਨ, ਇਹ ਆਇਆ ਸੀਗਾ 2007 ਦੇ ਵਿੱਚ। ਇਹਦੀ ਇੱਕ ਨਾ ਰਿਪੋਰਟ ਯਾਦ ਰੱਖੀ ਹੋਈ ਯਾਰ, ਇਹ ਰਿਪੋਰਟ ਦਿੱਤੀ ਸੀ ਇਹਨੇ 2010 ਦੇ ਵਿੱਚ, ਰਿਪੋਰਟ 2010 ਦੇ ਵਿੱਚ, ਠੀਕ ਹੈ ਭਾਈ। ਇਸੇ ਤਰੀਕੇ ਨਾਲ ਹੈਗਾ ਭਾਈ ਆਪਣਾ ਇੱਕ ਅਨੰਦਪੁਰ ਸਾਹਿਬ ਰੈਜੂਲੇਸ਼ਨ, ਅਨੰਦਪੁਰ ਸਾਹਿਬ ਰੈਜੂਲੇਸ਼ਨ, ਇਹ ਵੀ ਆਪਣਾ ਸੈਂਟਰ ਸਟੇਟ ਰਿਲੇਸ਼ਨ ਦੇ ਨਾਲ ਸੰਬੰਧਿਤ ਆ। ਤਾਂ ਤਿੰਨ ਤਾਂ ਮੇਜਰ ਹੈਗੇ ਯਾਰ, ਇਹਨਾਂ ਨੂੰ ਤਾਂ ਯਾਦ ਰੱਖਿਓ, ਪੰਜਾਬ ਵਾਲਾ ਇਸ ਕਰਕੇ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ, ਠੀਕ ਹੈ। ਤੈਨੇ ਪੁੱਛਿਆ ਪੁੰਛੀ ਕਮਿਸ਼ਨ ਨੇ ਕਿੰਨੀਆਂ ਸਿਫਾਰਿਸ਼ਾਂ ਦਿੱਤੀਆਂ ਸੀਗੀਆਂ, 273 ਨਹੀਂ ਹੈ ਤਾਂ ਬਾਅਦ 'ਚ ਐਕਸੈਪਟ ਕੀਤੀਆਂ ਗਈਆਂ ਸੀਗੀਆਂ, ਤਾਂ ਆਂਸਰ ਕੀ ਬਣੂਗਾ, 312 ਬਣੂਗਾ। ਪੁੰਛੀ ਕਮਿਸ਼ਨ ਨੇ ਕਿੰਨੀਆਂ ਸਿਫਾਰਿਸ਼ਾਂ ਦਿੱਤੀਆਂ ਸੀਗੀਆਂ, 312 ਸਿਫਾਰਿਸ਼ਾਂ ਦਿੱਤੀਆਂ ਸੀਗੀਆਂ। ਮਦਨ ਮੋਹਨ ਪੁੰਛੀ ਦੀ ਅਗਵਾਈ ਦੇ ਵਿੱਚ ਆਇਆ ਸੀ 2007 ਦੇ ਵਿੱਚ ਇਹ ਭਾਈ, ਉਹਦੇ ਨਾਮ ਤੋਂ ਹੀ ਪੁੰਛੀ ਕਮਿਸ਼ਨ ਦਾ ਨਾਮ ਪੈ ਗਿਆ। ਸਰਕਾਰੀ ਕਮਿਸ਼ਨ, ਪੁੰਛੀ ਕਮਿਸ਼ਨ, ਇਹ ਦੋਨੇ ਇੰਪੋਰਟੈਂਟ ਆ ਸਾਡੇ ਲਈ। ਓਕੇ ਭਾਈ, ਡਨ ਆ, ਕਲੀਅਰ, ਚਲੀਏ ਅੱਗੇ। ਓਕੇ ਆ ਜੀ, ਚਲੋ ਚੱਲਦੇ ਹਾਂ। ਸੈਂਟਰ ਸਟੇਟ ਰਿਲੇਸ਼ਨ ਦੀ ਜੇ ਗੱਲ ਹੋ ਰਹੀ ਹੈ ਤਾਂ ਕਿਹੜੇ ਪਾਰਟ 'ਚ ਹੈਗੀ ਆਪਣੇ ਸੈਂਟਰ ਸਟੇਟ ਰਿਲੇਸ਼ਨ, ਪਾਰਟ ਕਿਨਵਾਂ ਹੈਗਾ, ਬੋਲ ਦੀਜੀਏ, 11ਵਾਂ ਪਾਰਟ ਆ। ਕਿੰਨੇ ਤਰੀਕੇ ਦਾ ਰਿਲੇਸ਼ਨ ਹੁੰਦਾ, 3 ਤਰੀਕੇ ਦਾ। ਕਿਹੜਾ ਕਿਹੜਾ ਹੁੰਦਾ, ਐਡਮਿਨਿਸਟ੍ਰੇਟਿਵ ਰਿਲੇਸ਼ਨ ਹੁੰਦਾ, ਲੈਜਿਸਲੇਟਿਵ ਰਿਲੇਸ਼ਨ ਹੁੰਦਾ ਹੈਗਾ, ਅਤੇ ਆਪਣਾ ਹੁੰਦਾ ਹੈਗਾ ਫਾਈਨੈਂਸ਼ੀਅਲ ਰਿਲੇਸ਼ਨ ਹੁੰਦਾ ਹੈਗਾ, ਠੀਕ ਹੈ ਭਾਈ। ਓਕੇ ਆ, ਡਨ ਆ, ਚਲੀਏ। ਆਰਟੀਕਲ ਦੱਸ ਦਿਓ ਯਾਰ ਮੈਨੂੰ, ਕਿੱਥੋਂ ਤੋਂ ਕਿੱਥੋਂ ਤੱਕ ਹੁੰਦੇ ਆ ਦੱਸਿਓ ਮੈਨੂੰ। 245 ਤੋਂ, ਬੋਲੋ ਬੋਲੋ ਬੋਲੋ, 300A ਤੱਕ ਹੁੰਦੇ ਆ, ਠੀਕ ਹੈ, ਸਹੀ ਆ, ਸਹੀ ਹੋਏ। 300A ਤਾਂ 12ਵੇਂ ਦਾ ਹੈਗਾ, ਮੈਨੂੰ ਪਤਾ ਹੀ ਸੀ ਇਹ। 300A ਦੇ ਵਿੱਚ ਤਾਂ ਆਪਣਾ ਰਾਈਟ ਟੂ ਪ੍ਰੋਪਰਟੀ ਚੱਲ ਗਿਆ, 12ਵੇਂ ਭਾਗ 'ਚ ਰਾਈਟ ਟੂ ਪ੍ਰੋਪਰਟੀ, 245 ਤੋਂ 263 ਤੱਕ ਆਪਣੇ 11ਵੇਂ ਪਾਰਟ ਦੇ, ਹੈ ਕਮਲੇ ਜਵਾਕ। ਚਲੋ ਅੱਗੇ ਚੱਲੀਏ, ਠੀਕ ਹੈ। ਚਲੋ ਜੀ, ਲੈ ਵੀ ਡੋਕ, ਔਖਾ ਕੁਸ਼ਚਨ ਯਾਰ, ਮੈਂ ਨਹੀਂ ਕਰਾਉਂਦਾ ਇਹਨੂੰ, ਆਪੇ ਕਰੀਓ, ਬਾਹਲਾ ਔਖਾ ਮੈਨੂੰ ਨਹੀਂ ਆਉਂਦਾ ਇਹ। ਕਹਿੰਦੇ ਹਾਓ ਮੈਨੀ ਫੰਡਾਮੈਂਟਲ ਰਾਈਟਸ ਇਨ ਦਾ ਇੰਡੀਅਨ ਕੋਨਸਟੀਟਿਊਸ਼ਨ ਇਨੀਸ਼ਲੀ, ਲੈ ਫਿਰ ਵੀ ਜਵਾਬ ਗਲਤ ਕਰ ਦੇਣਗੇ ਯਾਰ ਇਹਨੂੰ। ਇਹਨੇ ਐਂ ਪੁੱਛਿਆ ਯਾਰ, ਨਾ ਥੋੜ੍ਹਾ ਦੇਖ ਕੇ ਕਰਿਆ ਕਰੋ, ਸੁਣੋ, ਸੌਖੇ ਕੁਸ਼ਚਨ ਜ਼ਿਆਦਾ ਗਲਤ ਹੁੰਦੇ, ਮੈਂ ਮਜ਼ਾਕ ਕਰ ਰਿਹਾ ਇੱਥੇ ਭਾਵੇਂ, ਕਿਉਂਕਿ ਉਹ ਯਾਰ ਫਿਰ ਤੁਸੀਂ ਆਨਲਾਈਨ ਇੰਨਾ ਪੜ੍ਹ ਵੀ ਨਹੀਂ ਸਕਦੇ, ਇਹੋ ਜਿਹੇ ਕੁਸ਼ਚਨ ਵੀ ਪੇਪਰ 'ਚ ਗਲਤ ਹੁੰਦੇ ਆ ਆਪਣੇ ਤੋਂ। ਉਹਨੇ ਪੁੱਛਿਆ ਭਾਰਤੀ ਸੰਵਿਧਾਨ 'ਚ ਸ਼ੁਰੂ ਵਿੱਚ ਕਿੰਨੇ ਮੌਲਿਕ ਅਧਿਕਾਰ ਸਨ, ਜੇ ਸ਼ੁਰੂ ਵਿੱਚ ਪੁੱਛ ਲਿਆ ਤਾਂ ਇਟ ਮੀਨਸ ਆਂਸਰ ਕੀ ਆਊਗਾ, 7, ਜੇ ਪ੍ਰੈਜੈਂਟ ਪੁੱਛੇ ਤਾਂ ਫਿਰ ਆਂਸਰ ਕੀ ਆਊਗਾ, 6, ਰਾਈਟਸ ਆਪਣੇ ਮੌਲਿਕ ਅਧਿਕਾਰ, ਕਿਉਂਕਿ ਆਪਣਾ ਇੱਕ ਰਾਈਟ ਹੁੰਦਾ ਸੀਗਾ ਰਾਈਟ ਟੂ ਪ੍ਰੋਪਰਟੀ, ਰਾਈਟ ਟੂ ਪ੍ਰੋਪਰਟੀ, ਸੰਪੱਤੀ ਦਾ ਅਧਿਕਾਰ, ਰਾਈਟ ਟੂ ਪ੍ਰੋਪਰਟੀ ਜਿਹਨੂੰ ਸੰਪੱਤੀ ਜਾਂ ਜਾਇਦਾਦ ਦਾ ਅਧਿਕਾਰ ਬੋਲਦੇ ਹਾਂ ਆਪਾਂ, ਸੰਪੱਤੀ ਦਾ ਅਧਿਕਾਰ, ਇਹ ਹੁੰਦਾ ਸੀਗਾ ਪਹਿਲਾਂ ਆਪਣੇ ਫੰਡਾਮੈਂਟਲ ਰਾਈਟਸ ਦੇ ਆਰਟੀਕਲ 31 ਦੇ ਵਿੱਚ। ਇੱਕ ਅਮੈਂਡਮੈਂਟ ਲਿਆਂਦੀ ਗਈ ਅਤੇ ਅਮੈਂਡਮੈਂਟ ਨੇ ਸਾਰੇ ਦੇ ਸਾਰੇ ਇਹਦੇ 'ਤੇ ਪਾਣੀ ਫੇਰਤਾ, ਕਹਿੰਦੇ ਪ੍ਰੋਪਰਟੀ ਪ੍ਰੋਪਰਟੀ ਫੰਡਾਮੈਂਟਲ ਰਾਈਟ ਨਹੀਂ ਹੈ, ਇਹਨੂੰ 44th 78 ਅਮੈਂਡਮੈਂਟ ਦੇ ਤਹਿਤ ਕੀ ਕਰਤਾ, ਇਹਨੂੰ ਆਪਾਂ ਹੁਣ ਬਣਾਤਾ ਇੱਕ ਲੀਗਲ ਰਾਈਟ ਬਣਾਤਾ, ਕਹਿੰਦੇ ਹੁਣ ਇਹ ਇੱਕ ਕਾਨੂੰਨੀ ਅਧਿਕਾਰ ਹੋਊਗਾ, ਫੰਡਾਮੈਂਟਲ ਰਾਈਟ ਨਹੀਂ ਹੋਊਗਾ। ਜਦੋਂ ਉਹਨੂੰ ਲੀਗਲ ਰਾਈਟ ਬਣਾਇਆ ਤਾਂ ਤੀਸਰੇ ਪਾਰਟ ਦੇ ਵਿੱਚ ਉਹਨੂੰ ਚੱਕ ਕੇ ਵਿਚਾਰੇ ਨੂੰ ਸਿੱਧੇ ਭੇਜਤਾ 12ਵੇਂ ਭਾਗ ਦੇ ਉੱਪਰ, 12ਵੀਂ ਪਾਸ ਕਰਾਤੀ ਇਹਨੂੰ ਸਿੱਧੀ, ਕਿੰਨੇ ਨੰਬਰਾਂ ਦੇ ਨਾਲ, 300 ਨੰਬਰਾਂ ਦੇ ਨਾਲ, ਕਿਹੜੇ ਆਰਟੀਕਲ 'ਚ, ਆਰਟੀਕਲ 300A ਦੇ ਵਿੱਚ, ਠੀਕ ਹੈ ਭਾਈ, ਆ ਗਿਆ ਸਮਝ ਸਭ ਨੂੰ। ਓਕੇ ਆ ਜੀ, ਡਨ, ਚਲੀਏ ਅੱਗੇ, ਚੱਲਦੇ ਹਾਂ ਜੀ ਫਿਰ ਅੱਗੇ। ਲਓ ਜੀ, ਫਿਰ ਇੱਕ ਹਿਸਟਰੀ ਦਾ ਕੁਸ਼ਚਨ ਆ ਗਿਆ, ਕਹਿੰਦੇ ਭਗਤ ਸਿੰਘ, ਇਹਨੂੰ ਪੰਜਾਬ ਜੀ ਕੇ ਦਾ ਵੀ ਕਹਿ ਸਕਦੇ ਹਾਂ, ਹਿਸਟਰੀ ਦਾ ਵੀ ਕਹਿ ਸਕਦੇ ਹਾਂ। ਭਗਤ ਸਿੰਘ, ਰਾਜਗੁਰੂ ਐਂਡ ਸੁਖਦੇਵ ਅਲੋਂਗ ਵਿਦ ਜਲ ਗੋਪਾਲ ਵਰ ਇਨਵੋਲਵਡ ਇਨ ਵਿੱਚ ਅਮੰਗ ਦੀ ਫਾਲੋਇੰਗ ਕੌਨਸਪਰੈਂਸੀ ਕੇਸ, ਕਹਿੰਦੇ ਕਿਹੜੇ ਕੌਨਸਪਰੈਂਸੀ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀਗੀ, ਕਿਹੜਾ ਸੀਗਾ ਭਾਈ ਦੱਸ ਦਿਓ ਮੈਨੂੰ ਯਾਰ। ਕਾਨਪੁਰ ਕੌਨਸਪਰੈਂਸੀ ਕੇਸ, ਨਹੀਂ ਜੀ। ਲਾਹੌਰ ਕੌਨਸਪਰੈਂਸੀ ਕੇਸ, ਬਿਲਕੁਲ ਜਹੀ ਥਾ, ਲਾਹੌਰ ਕੌਨਸਪਰੈਂਸੀ
ਕੇਸ ਸੀਗਾ। ਠੀਕ ਹੈ ਜੀ, ਇੱਥੇ ਵਿੱਚ ਉਹ ਤੁਸੀਂ ਸਭ ਨੇ ਪੜ੍ਹਿਆ ਹੋਊਗਾ ਕਿ ਬੁਟਕੇਸ਼ਵਰ ਦੱਤ ਜੀ ਨੇ ਅਤੇ ਇਹਨਾਂ ਨੇ ਮਿਲ ਕੇ ਜਿਹੜਾ ਹੈਗਾ ਅਸੈਂਬਲੀ ਦੇ ਵਿੱਚ ਬੰਬ ਸੁੱਟਤਾ ਸੀਗਾ। ਠੀਕ ਹੈ ਜੀ, ਉਸ ਤੋਂ ਬੰਬ ਸੁੱਟਣ ਤੋਂ ਬਾਅਦ ਇੱਥੋਂ ਇਹ ਗਏ ਵੀ ਨਹੀਂ ਸੀਗੇ, ਕਿਉਂਕਿ ਇਹ ਜਿਹੜੀ ਹੈਗੀ ਆ ਬ੍ਰਿਟਿਸ਼ ਗਵਰਨਮੈਂਟ ਜਾਂ ਬ੍ਰਿਟਿਸ਼ ਅਸੈਂਬਲੀ ਆ ਉਹਦਾ ਜਿਹੜਾ ਧਿਆਨ ਆਪਦੇ ਵੱਲ ਕੇਂਦਰਿਤ ਕਰਨਾ ਚਾਹੁੰਦੇ ਸੀਗੇ ਕਿ ਸਾਡੇ ਵੱਲ ਦੇਖੋ ਤਾਂ ਸਹੀ, ਅਸੀਂ ਕੁਛ ਕਰ ਰਹੇ ਹੈਗੇ ਹਾਂ, ਵੀ ਉਹਦੇ ਬਦਲੇ ਚਲੋ ਮੰਨ ਲਓ ਧਿਆਨ ਦੇਣਗੇ ਤਾਂ ਫਿਰ ਅਸੀਂ ਆਪਦੀਆਂ ਮੰਗਾਂ ਵੀ ਰੱਖਣ ਦੇ ਕਾਮਯਾਬ ਹੋਵਾਂਗੇ। ਤਾਂ ਇਸੇ ਕਰਕੇ ਇਸ ਕੇਸ ਦੇ ਵਿੱਚ ਇਹਨਾਂ ਨੇ ਮਾਰਨਾ ਤਾਂ ਸੀਗਾ, ਕਿਹਨੂੰ ਮਾਰਨਾ ਸੀਗਾ, ਸਾਂਡਰਸ ਨੂੰ ਮਾਰਿਆ, ਕੌਣ ਗਿਆ ਸੀਗਾ ਸਕੌਟ, ਮਾੜਾ ਦੇਖ ਲਈਓ, ਇਹੀ ਚੀਜ਼ ਸੀਗੀ ਨਾ, ਕਿਉਂਕਿ ਪੰਜਾਬ ਜੀ ਕੇ ਘੱਟ ਪੜ੍ਹੀ ਹੋਈ ਹੈ। ਤਾਂ ਇਸ ਤਰੀਕੇ ਦਾ ਸੀਗਾ। ਇਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਭਾਈ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀਗੀ, ਅਤੇ ਤੁਹਾਨੂੰ ਸਭ ਨੂੰ ਪਤਾ ਕਿ ਛੋਟੀ ਉਮਰੇ ਭਗਤ ਸਿੰਘ ਜੀ ਨੂੰ ਫਾਂਸੀ ਸੁਣਾ ਦਿੱਤੀ ਗਈ ਸੀਗੀ। ਠੀਕ ਹੈ ਭਾਈ, ਓਕੇ, ਡਨ। ਤਾਂ ਲਾਹੌਰ ਕਾਨਸਪਰੈਂਸੀ ਕੇਸ ਆਉਂਦਾ ਸੀ, ਹਾਲਾਂਕਿ ਪੰਜਾਬ ਜੀ ਕੇ ਦਾ ਕੁਸ਼ਚਨ ਆ ਪਰ ਲੱਗ ਗਿਆ ਆਪਣੀ ਸਲਾਈਡ ਦੇ ਵਿੱਚ ਤਾਂ ਆਪਾਂ ਕਰਤਾ। ਠੀਕ ਹੈ, ਹਾਲਾਂਕਿ ਮੈਨੂੰ ਪੰਜਾਬ ਜੀ ਕੇ ਨਹੀਂ ਆਉਂਦੀ ਆ, ਇੰਨੀ ਕੁ ਤਾਂ ਆਉਂਦੀ ਆ ਮਾੜੀ ਮੋਟੀ। ਠੀਕ ਹੈ, ਚਲੋ ਜੀ, ਲਓ ਜੀ, ਲਓ ਜੀ, ਆ ਗਿਆ ਆਪਣਾ ਮਹਾਤਮਾ ਗਾਂਧੀ ਜੀ ਦੇ ਉੱਪਰ ਕੁਸ਼ਚਨ। ਪੇਪਰ ਬਣੇ ਉਹ ਵੀ ਪੰਜਾਬ ਦਾ ਅਤੇ ਮਹਾਤਮਾ ਗਾਂਧੀ ਜੀ ਦੇ ਉੱਪਰ ਕੁਸ਼ਚਨ ਨਾ ਆਵੇ, ਹੋ ਹੀ ਨਹੀਂ ਸਕਦਾ। ਪਰ ਕੁਸ਼ਚਨ ਦੇਖੋ ਕਿੱਡਾ ਘੈਂਟ ਪੁੱਛਿਆ ਉਹਨੇ, ਕਹਿੰਦਾ ਮਹਾਤਮਾ ਗਾਂਧੀ ਜੀ ਨੇ ਟਿੱਪਣੀ ਕੀਤੀ, ਗੋਡਿਆਂ ਨੂੰ ਝੁੱਕ ਕੇ ਮੈਂ ਤੁਹਾਡੇ ਤੋਂ ਰੋਟੀ ਮੰਗੀ, ਤੁਸੀਂ ਮੈਨੂੰ ਕੀ ਦੇਤੇ, ਪੱਥਰ ਦੇਤੇ। ਕਹਿੰਦੇ ਮੈਂ ਗੋਡਿਆਂ ਦੇ ਭਾਰ ਝੁੱਕ ਕੇ ਤੁਹਾਡੇ ਤੋਂ ਰੋਟੀ ਮੰਗੀ, ਤੁਸੀਂ ਉਲਟਾ ਪੱਥਰ ਦੇਣੇ ਸ਼ੁਰੂ ਕਰਤੇ ਮੈਨੂੰ, ਇਹ ਤਾਂ ਕੋਈ ਇਨਸਾਫੀ ਨਹੀਂ ਹੈ ਨਾ, ਹੈ। ਤਾਂ ਇਸ ਸਟੇਟਮੈਂਟ ਕਦੋਂ ਦਿੱਤੀ ਗਈ ਗਾਂਧੀ ਜੀ ਦੇ ਦੁਆਰਾ, ਉਹ ਪੁੱਛਿਆ ਕਿਹੜੇ ਮੂਵਮੈਂਟ ਦੇ ਦੌਰਾਨ ਦਿੱਤੀ, ਖਿਲਾਫਤ ਮੂਵਮੈਂਟ, ਇਹਦੇ ਨਾਲ ਤਾਂ ਗਾਂਧੀ ਜੀ ਐਸੋਸੀਏਟ ਹੀ ਨਹੀਂ ਸੀਗੇ, ਤਾਂ ਖਤਮ ਹੋ ਗਿਆ। ਨੋਨ ਕੋਪਰੇਸ਼ਨ ਮੂਵਮੈਂਟ ਨਾਲ ਜ਼ਰੂਰ ਸੰਬੰਧਿਤ ਸੀਗੇ ਗਾਂਧੀ ਜੀ, ਬਟ ਇਦੋਂ ਇਹ ਟਿੱਪਣੀ ਨਹੀਂ ਦਿੱਤੀ ਆ। ਟਿੱਪਣੀ ਕਦੋਂ ਦਿੱਤੀ ਆ, ਡਾਂਡੀ ਮਾਰਚ ਦੇ ਦੌਰਾਨ। ਡਾਂਡੀ ਮਾਰਚ ਕਦੋਂ ਹੋਇਆ ਸੀਗਾ ਭਾਈ, ਦੱਸ ਦਿਓ ਮੈਨੂੰ ਕਦੋਂ ਹੋਇਆ ਸੀ ਡਾਂਡੀ ਮਾਰਚ, ਲਓ ਜੀ ਬਤਾਈਏ ਕਬ ਹੁਆ ਥਾ ਡਾਂਡੀ ਮਾਰਚ, ਕਬ ਹੁਆ ਥਾ ਯਾਰ ਬਤਾ ਦਿਓ। 12 ਮਾਰਚ ਤੋਂ ਲੈ ਕੇ 6 ਅਪ੍ਰੈਲ 1931 ਤੱਕ ਹੋਇਆ ਸੀਗਾ। ਠੀਕ ਹੈ ਭਾਈ, ਇਹੀ ਇਹਨਾਂ ਡੇਟ। ਕਿੱਥੋਂ ਚੱਲੇ ਸੀਗੇ ਇਹ, ਸਾਬਰਮਤੀ ਆਸ਼ਰਮ ਤੋਂ ਚੱਲੇ ਸੀਗੇ, ਅਤੇ ਕਿੱਥੇ ਪਹੁੰਚ ਗਏ ਸੀਗੇ, ਡਾਂਡੀ ਵਿਖੇ ਪਹੁੰਚ ਗਏ ਸੀਗੇ। ਠੀਕ ਹੈ ਭਾਈ, ਸਾਬਰਮਤੀ ਆਸ਼ਰਮ ਤੋਂ ਡਾਂਡੀ ਪਹੁੰਚ ਗਏ ਸੀਗੇ। ਕਿੰਨੇ ਬੰਦੇ ਸੀਗੇ ਇਹਨਾਂ ਦੇ ਨਾਲ ਟੋਟਲ, ਤਾਂ ਟੋਟਲ ਸੀਗੇ ਭਾਈ ਇਹਨਾਂ ਦੇ ਨਾਲ 78 ਬੰਦੇ ਸੀਗੇ। ਇੱਕ 72 ਵਰਡ ਵੀ ਆਉਂਦਾ ਹੁੰਦਾ, ਇਹ INC ਦੇ ਪਹਿਲੇ ਸੈਸ਼ਨ 'ਚ ਸੀਗੇ, ਅਤੇ ਗਾਂਧੀ ਜੀ ਦੇ ਨਾਲ ਕਿੰਨੇ ਬੰਦੇ ਸੀਗੇ, 78 ਬੰਦੇ ਸੀਗੇ। ਠੀਕ ਹੈ ਭਾਈ, ਤੁਸੀਂ ਮੈਨੂੰ ਦੱਸਿਓ ਵੋਮੈਨ ਕੌਣ ਸੀਗੀ ਇਹਨਾਂ ਦੇ ਨਾਲ, ਜਦੋਂ ਇਹਨਾਂ ਨੇ ਡਾਂਡੀ ਮਾਰਚ ਕੀਤਾ ਵੋਮੈਨ ਕਦੋਂ ਸੀਗਾ। ਆਲਸੋ ਆਪਾਂ ਇਹਨੂੰ ਕੀ ਬੋਲ ਦਿੰਦੇ ਹੈਗੇ ਹਾਂ, ਸੋਲਟ ਸੱਤਿਆਗ੍ਰਹਿ ਵੀ ਬੋਲ ਦਿੰਦੇ ਹਾਂ। ਆਲਸੋ ਕੀ ਬੋਲ ਦਿੰਦੇ ਹਾਂ, ਸੋਲਟ ਸੱਤਿਆਗ੍ਰਹਿ ਬੋਲ ਦਿੰਦੇ ਹਾਂ। ਇੱਕ ਮਿੰਟ, 6 ਅਪ੍ਰੈਲ 1930 ਆਉਣਾ ਸੀ, ਅਤੇ 30 ਕੱਤੀ ਨਹੀਂ ਆਊਗਾ, 6 ਅਪ੍ਰੈਲ 1930 ਆਊਗਾ ਸੋਲਟ ਸੱਤਿਆਗ੍ਰਹਿ, ਕਿਉਂਕਿ ਮੈਂ ਐਵੇਂ ਯਾਦ ਕੀਤਾ ਹੋਇਆ। ਨੂਨ ਦੀ ਥੈਲੀ, ਨਮਕ ਦੀ ਥੈਲੀ ਕਿੰਨੇ ਰੁਪਏ ਦੀ ਹੈ, 30 ਰੁਪਏ ਦੀ ਹੈ, ਸੋਲਟ ਸੱਤਿਆਗ੍ਰਹਿ। ਕਿਉਂ ਕਿਹਾ ਗਿਆ ਸੀਗਾ, ਕਿਉਂਕਿ ਬ੍ਰਿਟਿਸ਼ ਨੇ ਉਹਨਾਂ ਨੂੰ ਸੋਲਟ ਬਣਾਉਣ ਦੀ, ਉਹਨਾਂ ਕੋਲ ਖੁਦ ਦੀ ਪਾਵਰ ਸੀਗੀ ਬ੍ਰਿਟਿਸ਼ਰਸ ਕੋਲ, ਕਿ ਸੋਲਟ ਬਣਾਉਣ ਦੀ ਜਿਹੜੀ ਡੋਮੀਨੈਂਸ ਹੋਊਗੀ ਉਹ ਬ੍ਰਿਟਿਸ਼ ਕੋਲ ਹੋਊਗੀ। ਤਾਂ ਗਾਂਧੀ ਜੀ ਨੇ ਆਪਣਾ ਸੋਲਟ ਬਣਾਇਆ ਔਰ ਉਹਨਾਂ ਦੇ ਨਮਕ ਦੇ ਕਾਨੂੰਨ ਨੂੰ ਤੋੜ ਦਿੱਤਾ ਸੀਗਾ, ਜਿਹਨੂੰ ਆਪਾਂ ਸੋਲਟ ਸੱਤਿਆਗ੍ਰਹਿ ਬੋਲ ਦਿੰਦੇ ਹੈਗੇ ਆ। ਤਾਂ ਉਦੋਂ ਹੀ ਮਹਾਤਮਾ ਗਾਂਧੀ ਜੀ ਨੇ ਇਹ ਟਿੱਪਣੀ ਕੀਤੀ ਸੀਗੀ ਕਿ ਮੈਂ ਤੁਹਾਡੇ ਤੋਂ ਰੋਟੀ ਮੰਗ ਰਿਹਾ, ਤੁਸੀਂ ਮੈਨੂੰ ਪੱਥਰ ਦੇ ਰਹੇ ਹੈਗੇ ਹੋ। ਠੀਕ ਹੈ ਜੀ, ਇਹ ਯਾਦ ਰੱਖਣਾ ਹੈਗਾ। ਓਕੇ ਭਾਈ, ਡਨ। ਕੁਇਟ ਇੰਡੀਆ ਮੂਵਮੈਂਟ ਕਦੋਂ ਹੋਈ ਸੀ, 42 'ਚ ਹੋਈ ਸੀ, ਇਹ ਸਭ ਨੂੰ ਪਤਾ ਹੈਗੀ ਹੈ। ਠੀਕ ਹੈ ਜੀ, 1942 'ਚ ਕੁਇਟ ਇੰਡੀਆ ਮੂਵਮੈਂਟ ਹੋਈ ਸੀਗੀ। ਓਕੇ ਭਾਈ, ਡਨ, ਕਲੀਅਰ। ਖਿਲਾਫਤ ਮੂਵਮੈਂਟ ਕਦੋਂ ਹੋਇਆ ਸੀ, 1920-22। ਠੀਕ ਹੈ ਜੀ, ਚਲੀਏ ਅੱਗੇ। ਚਲੋ ਜੀ, ਲਓ ਜੀ, ਕੁਸ਼ਚਨ ਨੰਬਰ 17। ਬਾਲ ਗੰਗਾਧਰ ਤਿਲਕ ਨੂੰ ਮਹਾਤਮਾ ਗਾਂਧੀ ਦੁਆਰਾ ਹੇ ਲਿਖਿਆ ਵਿੱਚੋਂ ਕਿਹੜੀ ਉਪਾਧੀ ਦਿੱਤੀ ਗਈ। ਬਾਲ ਗੰਗਾਧਰ ਤਿਲਕ ਜੀ ਨੂੰ ਟਾਈਟਲ ਮਿਲਿਆ ਹੋਇਆ ਹੈਗਾ ਗਾਂਧੀ ਜੀ ਦੇ ਦੁਆਰਾ, ਕਾਹਦਾ ਟਾਈਟਲ ਮਿਲਿਆ ਹੋਇਆ ਹੈਗਾ ਇਹ ਦੱਸਣਾ ਤੁਸੀਂ ਮੈਨੂੰ, ਤਾਂ ਕਾਹਦਾ ਟਾਈਟਲ ਮਿਲਿਆ ਹੋਇਆ ਹੈਗਾ। ਚਲੋ, ਪਹਿਲਾਂ ਤਾਂ ਮੈਨੂੰ ਐਂ ਦੱਸੋ
ਦ ਫਾਦਰ ਆਫ ਇੰਡੀਅਨ ਅਨਰੈਸਟ ਕਿਹਨਾਂ ਨੂੰ ਕਿਹਾ ਜਾਂਦਾ, ਤੁਸੀਂ ਮੈਨੂੰ ਇੱਕ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਹੈਗਾ। ਠੀਕ ਹੈ ਜੀ, ਆਇਰਨ ਮੈਨ ਕਿਹਨੂੰ ਬੋਲਦੇ ਆ, ਇਹ ਕਿਹਨੂੰ ਬੋਲਦੇ ਹੈਗੇ ਆ, ਵੱਲਭ ਭਾਈ ਪਟੇਲ ਜੀ ਨੂੰ ਬੋਲਦੇ ਆ। ਆਹ ਤੁਸੀਂ ਮੈਨੂੰ ਦੱਸਣਾ ਯਾਰ, ਬੜਾ ਔਖਾ ਕੁਸ਼ਚਨ ਆ, ਮੈਂ ਤਾਂ ਨਹੀਂ ਦੱਸ ਰਿਹਾ ਇੰਡੀਅਨ ਅਨਰੈਸਟ ਕਿਹਨੂੰ ਬੋਲਦੇ ਆ। ਠੀਕ ਹੈ ਜੀ, ਜਦੋਂ ਆਹ ਦੋ ਮੈਂ ਦੱਸਦੇ ਤਾਂ ਮਤਲਬ ਟਾਈਟਲ ਰਹਿ ਕਿਹੜਾ ਗਿਆ ਹੋਊਗਾ, ਆਹ ਵਾਲਾ ਟਾਈਟਲ, ਦ ਮੇਕਰਸ ਆਫ ਦੀ ਮਾਡਰਨ ਇੰਡੀਆ। ਕੀ ਕਹਿੰਦੇ ਹੈਗੇ ਇਹਨਾਂ ਨੂੰ, ਦ ਮੇਕਰਸ ਆਫ ਮਾਡਰਨ ਇੰਡੀਆ। ਆਹ ਵਾਲਾ ਜਿਹੜਾ ਸੀਗਾ ਇਹ ਇਹਨਾਂ ਨੂੰ ਬ੍ਰਿਟਿਸ਼ਰਸ ਨੇ ਨਾਮ ਦਿੱਤਾ ਸੀਗਾ। ਕਿਹਨਾਂ ਨੇ ਨਾਮ ਦਿੱਤਾ ਸੀਗਾ ਬ੍ਰਿਟਿਸ਼ ਨੂੰ, ਮੈਂ ਆਪ ਹੀ ਦੱਸ ਬੈਠਾ ਯਾਰ, ਦੱਸਣਾ ਨਹੀਂ ਸੀਗਾ, ਹੈ ਨਾ। ਚਲੋ ਮੈਂ ਤਾਂ ਇਸਨੂੰ ਐਕਸਪਲੇਨ ਕਰਾਂ ਕਿ ਦ ਮੇਕਰ ਆਫ ਮਾਡਰਨ ਇੰਡੀਆ ਜਿਹੜਾ ਹੈਗਾ ਟਾਈਟਲ ਕਿਹਦੇ ਦੁਆਰਾ ਦਿੱਤਾ ਗਿਆ, ਮਹਾਤਮਾ ਗਾਂਧੀ ਜੀ ਦੇ ਦੁਆਰਾ। ਕਿਹਨਾਂ ਨੂੰ ਦਿੱਤਾ ਗਿਆ, ਬਾਲ ਗੰਗਾਧਰ ਤਿਲਕ ਜੀ ਨੂੰ ਦਿੱਤਾ ਗਿਆ ਸੀਗਾ। ਠੀਕ ਹੈ ਜੀ, ਇੱਕ ਆਉਂਦਾ ਹੁੰਦਾ ਕਿ ਆਪਣੇ ਇੰਡੀਆ ਦੇ ਵਿੱਚ ਮਾਡਰਨ ਮੈਨ ਆਫ ਇੰਡੀਆ ਕਿਹਨੂੰ ਬੋਲਦੇ ਆ, ਮਾਡਰਨ ਮੈਨ ਆਫ ਇੰਡੀਆ। ਤਾਂ ਮਾਡਰਨ ਮੈਨ ਆਫ ਇੰਡੀਆ ਭਾਈ ਆਪਾਂ ਕਿਹਨੂੰ ਬੋਲ ਦਿੰਦੇ ਹਾਂ, ਰਾਜਾ ਰਾਮ ਮੋਹਨ ਰਾਏ ਨੂੰ ਵੀ ਬੋਲ ਦਿੰਦੇ ਹਾਂ। ਆਲਸੋ ਕਿਹਨੂੰ ਬੋਲ ਦਿੰਦੇ ਹਾਂ, ਜਦੋਂ ਪੋਲੀਟਿਕਸ ਦੇ ਵਿੱਚ ਜਾਈਏ ਆਪਾਂ ਤਾਂ ਆਪਾਂ ਕਿਹਨੂੰ ਬੋਲ ਦਿੰਦੇ ਹੈਗੇ ਹਾਂ, ਬੀ ਆਰ ਅੰਬੇਦਕਰ ਜੀ ਨੂੰ ਵੀ ਬੋਲ ਦਿੰਦੇ ਹਾਂ, ਬੀ ਆਰ ਅੰਬੇਦਕਰ ਜੀ ਨੂੰ। ਬੀ ਆਰ ਅੰਬੇਦਕਰ ਜੀ ਨੂੰ ਆਲਸੋ ਆਪਾਂ ਕੀ ਬੋਲ ਦਿੰਦੇ ਹੈਗੇ ਹਾਂ, ਫਸਟ ਲਾਅ ਆਫੀਸਰ ਆਫ ਇੰਡੀਆ, ਲਾਅ ਆਫੀਸਰ, ਆਲਸੋ ਫਾਦਰ ਆਫ ਇੰਡੀਅਨ ਕੋਨਸਟੀਟਿਊਸ਼ਨ ਵੀ ਬੋਲਦੇ ਹਾਂ। ਠੀਕ ਹੈ ਜੀ, ਓਕੇ ਭਾਈ, ਡਨ ਡਨਾ ਡਨ। ਚਲੋ ਜੀ ਆਗੇ ਚਲਤੇ ਹੈ ਅਗਲੇ ਕੁਸ਼ਚਨ ਪੇ ਉੱਪਰ। ਲਓ ਜੀ ਲਓ ਜੀ ਲਓ ਜੀ, ਆਹਾ ਜੇ ਕੁਸ਼ਚਨ ਤਾਂ ਨਾ ਪੇਪਰ 'ਚ ਜੇ ਇਹੋ ਜਿਹੇ ਕੁਸ਼ਚਨ ਆ ਜਾਂਦੇ ਆ ਨਾ ਆਪਾਂ ਦੇਖ ਕੇ ਡਰ ਜਾਂਦੇ ਹਾਂ। ਕੇਸ ਤਾਂ ਸਰ ਜੀ ਸਾਨੂੰ ਪੜ੍ਹਾਏ ਨਹੀਂ, ਅਸੀਂ ਕੀਤੇ ਨਹੀਂ, ਮੈਂ ਪੜ੍ਹਾਉਣਾ ਹੁੰਦਾ ਭਾਈ, ਕੇਸ ਹੀ ਹੈਗਾ ਆਪਣਾ। ਦੇਖੋ ਕਹਿੰਦੇ ਸੁਪਰੀਮ ਕੋਰਟ ਨੇ ਕਿਹੜੇ ਕੇਸ ਦੇ ਵਿੱਚ ਕਿਹਾ ਕਿ ਨਿੱਜਤਾ ਦਾ ਅਧਿਕਾਰ ਮੌਲਿਕ ਅਧਿਕਾਰ ਹੋਊਗਾ। ਰਾਈਟ ਟੂ ਪ੍ਰਾਈਵੇਸੀ ਇੱਕ ਫੰਡਾਮੈਂਟਲ ਰਾਈਟ ਹੈਗਾ, ਪਤਾ ਹੀ ਹੈ ਸਭ ਨੂੰ, ਪ੍ਰਾਈਵੇਸੀ ਫੰਡਾਮੈਂਟਲ ਰਾਈਟ ਆ ਯਾਰ ਸਾਡਾ। ਮੇਰਾ ਵਟਸਐਪ ਤੁਸੀਂ ਕਿਵੇਂ ਦੇਖੋਗੇ, ਮੈਂ ਤਾਂ ਉਹੀ ਨਾ ਦੇਖਣ ਦੇਵਾਂ, ਹੈ ਉਹੀ ਚੀਜ਼ ਆ, ਤਈ ਨੂੰ ਪੱਕੀ ਬੋਲ ਰਹੇ ਹਾਂ, ਫੰਡਾਮੈਂਟਲ ਰਾਈਟ ਬੋਲ ਰਹੇ ਆਪਾਂ। ਉਹ ਕਹਿੰਦੇ ਕਿਹੜੇ ਕੇਸ ਨੇ ਕਿਹਾ ਸੀਗਾ ਭਾਈ ਇਹ ਚੀਜ਼, ਤਾਂ ਕੌਣ ਸੇ ਕੇਸ ਨੇ ਬੋਲਾ ਥਾ ਬਾਈ, ਕਿਸ ਨੇ ਬੋਲਾ ਥਾ ਯਾਰ, ਬਤਾ ਦੇ ਯਾਰ, ਕਿਸ ਨੇ ਬੋਲਾ ਥਾ, ਜੇ ਇਸ ਨੇ ਬੋਲਾ ਥਾ, ਕੌਣ ਹੈ, ਇਸਕਾ ਨਾਮ ਕਿਆ ਹੈ। ਜਸਟਿਸ ਕੇ ਐਸ ਪੁੱਟੂ ਸਵਾਮੀ ਵਰਸਸ ਯੂਨੀਅਨ ਆਫ ਇੰਡੀਆ, ਕਬ ਆਇਆ ਥਾ ਜੇ 2017 ਮੇਂ ਆਇਆ ਥਾ। ਇਸ ਨੇ ਬੋਲਾ ਥਾ, ਇਸ ਨੇ ਕਿਹਾ ਸੀਗਾ ਕਿ ਪ੍ਰਾਈਵੇਸੀ ਇੱਕ ਕੀ ਹੋਊਗਾ, ਆਪਣਾ ਫੰਡਾਮੈਂਟਲ ਰਾਈਟਸ ਹੋਊਗਾ। ਕੇਸ਼ਵਾਨੰਦ ਭਾਰਤੀ ਕੇਸ ਸਭ ਨੂੰ ਪਤਾ ਭਾਈ, ਇਹ ਆਇਆ ਸੀ 1973 ਦੇ ਵਿੱਚ, ਕਿਹਦੇ ਨਾਲ ਸੰਬੰਧਿਤ ਆ, ਇਹਨੇ ਕਿਹਾ ਸੀ ਪ੍ਰੀਐਂਬਲ ਇਜ਼ ਦਾ ਪਾਰਟ ਆਫ ਦੀ ਕੋਨਸਟੀਟਿਊਸ਼ਨ, ਪ੍ਰੀਐਂਬਲ ਇਜ਼ ਦੀ ਪਾਰਟ ਆਫ ਦੀ ਕੋਨਸਟੀਟਿਊਸ਼ਨ। ਠੀਕ ਹੈ ਜੀ, ਐੱਸ ਆਰ ਬੁਮਾਈ ਵਰਸਿਸ ਯੂਨੀਅਨ ਆਫ ਇੰਡੀਆ, ਇਹ ਜਿਹੜਾ ਹੈਗਾ ਆਪਣੇ ਆਰਟੀਕਲ 356 ਨਾਲ ਸੰਬੰਧਿਤ ਆ, ਆਰਟੀਕਲ 356 ਐਮਰਜੈਂਸੀ ਨਾਲ, ਯਾਨੀ ਕਿ ਸਟੇਟ ਐਮਰਜੈਂਸੀ ਨਾਲ ਸੰਬੰਧਿਤ ਆ ਆਪਣੇ, ਇਹ ਸਟੇਟ ਐਮਰਜੈਂਸੀ ਨਾਲ ਸੰਬੰਧਿਤ ਆ। ਏ ਕੇ ਗੋਪਾਲਨ ਵਰਸਿਸ ਸਟੇਟ ਆਫ ਮਦਰਾਸ, ਇਹ ਭਾਈ ਕਿਹਦੇ ਨਾਲ ਸੰਬੰਧਿਤ ਆ, ਇਹ ਵੀ ਫੰਡਾਮੈਂਟਲ ਰਾਈਟਸ ਨਾਲ ਸੰਬੰਧਿਤ ਆ। ਕਿਹੜੇ ਆਰਟੀਕਲ ਨਾਲ ਸੰਬੰਧਿਤ ਆ, 21 ਦੇ ਨਾਲ। ਕੀ ਕਹਿੰਦਾ ਹੈਗਾ ਇਹ, ਪ੍ਰੀਵੈਂਸ਼ਨ ਦੀ ਗੱਲ ਕਰਦਾ, ਰਾਈਟ ਟੂ ਡਿਟੈਂਸ਼ਨ ਆਫ, ਪ੍ਰੀਵੈਂਸ਼ਨ ਆਫ ਡਿਟੈਂਸ਼ਨ ਹੀ ਆਪਾਂ ਪੜ੍ਹਦੇ ਹੁੰਦੇ ਆਰਟੀਕਲ 21 ਦੇ ਵਿੱਚ, ਪ੍ਰੀਵੈਂਸ਼ਨ ਆਫ ਡਿਟੈਂਸ਼ਨ, ਉਹਦੀ ਗੱਲ ਕਰਦਾ ਇਹ 21 ਨਾਲ ਸੰਬੰਧਿਤ। ਪਰ ਇਹ ਨਹੀਂ ਕਹਿੰਦਾ ਵੀ ਪ੍ਰਾਈਵੇਸੀ ਫੰਡਾਮੈਂਟਲ ਰਾਈਟ ਆ, ਇਹ ਇਸੇ ਨੇ ਬੋਲਿਆ, ਕਿਹਨੇ, ਪੁੱਤੂ ਸਵਾਮੀ ਕੇਸ ਨੇ। ਠੀਕ ਹੈ, ਤਾਂ ਸਾਰੇ ਆਪਾਂ ਪੜ੍ਹਦੇ ਆ, ਇਹਨਾਂ ਬਾਰੇ ਤਾਂ ਇੰਨੀ ਕੀ ਜਾਣਕਾਰੀ ਬਹੁਤ ਹੁੰਦੀ ਆ ਆਪਣੇ ਲਈ। ਠੀਕ ਹੈ ਭਾਈ, ਚਲੋ ਜੀ ਅੱਗੇ ਚੱਲਦੀ ਹੈ ਫਿਰ ਅਗਲੇ ਕੁਸ਼ਚਨ ਦੇ ਉੱਪਰ। ਲੈ ਯਾਰ, ਇਹੋ ਜਿਹੇ ਕੁਸ਼ਚਨ ਦੇਖ ਕੇ ਤਾਂ ਨਾ ਸਾਨੂੰ ਊਂ ਹੀ ਡਰ ਲੱਗਣ ਲੱਗ ਜਾਂਦਾ, ਸਟੇਟਮੈਂਟਾਂ ਦਿੱਤੀਆਂ ਨੇ ਇਹਨਾਂ ਨੇ। ਲਓ ਜੀ, ਪਹਿਲਾਂ ਮੈਂ ਨਾ ਇੱਥੇ ਨਾ ਇਹਨੂੰ ਸਹੀ ਕਰਦਾ, ਇੱਥੇ ਨਾ ਈਅਰ ਨਹੀਂ ਲਿਖਿਆ ਹੋਇਆ, ਇੱਥੇ ਆਊਗਾ 1942 ਆਊਗਾ, ਇੱਥੇ ਈਅਰ ਨਾ ਸਟੇਟਮੈਂਟ ਟਾਈਪ ਨਹੀਂ ਹੋਈ ਸਹੀ। ਚਲੋ ਦੱਸੋ, ਕਹਿੰਦੇ ਵਿੱਚ ਆਫ ਦੀ ਫਾਲੋਇੰਗ ਸਟੇਟਮੈਂਟ ਗਿਵਨ ਬਿਲੋ ਇਜ਼ ਆਰ ਕਰੈਕਟ ਅਬਾਊਟ ਮਹਾਤਮਾ ਗਾਂਧੀ, ਗਾਂਧੀ ਜੀ ਬਾਰੇ ਕਿਹੜੀ ਲਾਈਨ ਸਹੀ ਹੈ, ਕਿਹੜੀ ਗਲਤ ਹੈ, ਉਹ ਦੱਸਣੀ ਹੈ ਆਪਾਂ। ਪਹਿਲੀ ਸਟੇਟਮੈਂਟ, ਇਨ ਸਪਟੈਂਬਰ 24 1932 ਨੂੰ ਹੀ ਨੀਗੋਸ਼ੀਏਟਡ ਦਾ ਪੂਨਾ ਪੈਕਟ ਵਿਦ ਮੁਹੰਮਦ ਅਲੀ ਜਿਨਾ, ਕਹਿੰਦੇ ਮੁਹੰਮਦ ਅਲੀ ਜਿਨਾ ਦੇ ਨਾਲ ਇਹਨਾਂ ਨੇ 24 September 1932 ਨੂੰ ਪੂਨਾ ਪੈਕਟ ਦੇ ਉੱਪਰ ਸਾਈਨ ਕੀਤੇ ਹੈਗੇ ਆ। ਬਟ ਪੂਨਾ ਪੈਕਟ ਦੇ ਉੱਪਰ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ ਕਿਹਦੇ ਸਾਈਨ ਹੋਏ ਹੈਗੇ ਆ, ਬੀ ਆਰ ਅੰਬੇਦਕਰ ਜੀ ਦੇ, ਬੀ ਆਰ ਅੰਬੇਦਕਰ। ਬਟ ਬੀ ਆਰ ਅੰਬੇਦਕਰ ਵੀ ਨਹੀਂ ਗਏ ਸੀਗੇ
ਭਾਵੇਂ ਬੋਲਦੇ ਆਪਾਂ ਹੈਗੇ ਹਾਂ ਕਿ ਗਾਂਧੀ ਅਤੇ ਅੰਬੇਦਕਰ ਜੀ ਦੇ ਵਿਚਕਾਰ ਸਾਈਨ ਹੋਇਆ, ਇਹਦੀ ਜਗ੍ਹਾ 'ਤੇ ਗਏ ਕੌਣ ਸੀਗੇ? ਮਦਨ ਮੋਹਨ ਮਾਲਵੀਆ ਜੀ ਦੇ ਸਾਈਨ ਕਿਹਦੇ ਹੋਇਆ? ਮਦਨ ਮੋਹਨ ਮਾਲਵੀਆ ਦੇ। ਆਹ ਵੀ ਕੁਸ਼ਚਨ ਆ ਜਾਂਦਾ ਹੁੰਦਾ ਕਿ ਪੂਨਾ ਪੈਕਟ ਦੇ ਉੱਪਰ ਬੀ ਆਰ ਅੰਬੇਦਕਰ ਦੇ ਇਲਾਵਾ ਸਾਈਨ ਕਿਹਦੇ ਹੋਇਆ? ਕਿਉਂਕਿ ਉਹ ਹੈ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਠੀਕ ਹੈ ਜੀ, ਮਦਨ ਮੋਹਨ ਮਾਲਵੀਆ ਜੀ ਦੇ ਸਾਈਨ ਹੋਏ ਹੈਗੇ। ਠੀਕ ਹੈ ਜੀ, ਓਕੇ ਭਾਈ, ਡਨ। ਫਿਰ ਸਟੇਟਮੈਂਟ 2 ਕਹਿ ਰਿਹਾ, ਮਤਲਬ ਆ ਪਹਿਲੀ ਲਾਈਨ ਤਾਂ ਗਲਤ ਹੋ ਗਈ ਆਪਣੀ। ਇਹ ਕਹਿ ਰਿਹਾ ਹੀ ਅਸਟੈਬਲਿਸ਼ ਦਾ ਹਿੰਦੁਸਤਾਨ ਪ੍ਰਚਾਰ ਸਭਾ ਇਨ 1942 ਇਨ ਮਹਾਰਾਸ਼ਟਰ। ਇਹ ਬਿਲਕੁਲ ਸਹੀ ਹੈ ਭਾਈ ਕਿ ਇਹਨਾਂ ਨੇ 42 ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹਿੰਦੂ ਸਭਾ ਪ੍ਰਚਾਰ ਦੀ ਸਥਾਪਨਾ ਕੀਤੀ ਸੀ, ਇਹ ਸਹੀ ਹੈ। ਤੀਸਰੀ ਸਟੇਟਮੈਂਟ, ਹੀ ਰੋਟ ਦਾ ਬੁੱਕ ਹਿੰਦ ਸਵਰਾਜ ਔਰ ਇੰਡੀਅਨ ਹੋਮ ਰੂਲ। ਇਹ ਵੀ ਬਿਲਕੁਲ ਸਹੀ ਹੈ ਕਿ ਹਿੰਦ ਸਵਰਾਜ ਕਿਤਾਬ ਕਿਹਦੀ ਹੈ? ਮਹਾਤਮਾ ਗਾਂਧੀ ਜੀ ਦੀ ਹੈਗੀ ਹੈ। ਅਤੇ ਇਹਨ ਇਸੇ ਬੁੱਕ ਨੂੰ ਆਪਾਂ ਆਲਸੋ ਕੀ ਬੋਲਦੇ ਨੇ? ਇੰਡੀਅਨ ਹੋਮ ਰੂਲ ਵੀ ਬੋਲ ਦਿੰਦੇ ਹੈਗੇ ਆ। ਤਾਂ ਇਹ ਲਾਈਨ ਵੀ ਬਿਲਕੁਲ ਸਹੀ ਹੈ। ਤਾਂ ਪਹਿਲੀ ਤਾਂ ਆਪਣੀ ਗਲਤ ਹੋ ਗਈ, ਆ ਨਹੀਂ ਆਂਸਰ ਹੋ ਸਕਦਾ, ਆ ਨਹੀਂ ਹੋ ਸਕਦਾ, ਆ ਵੀ ਨਹੀਂ ਹੋ ਸਕਦਾ। ਆਂਸਰ ਕੀ ਰਹਿ ਗਿਆ ਆਪਣੇ ਕੋਲ? ਸਟੇਟਮੈਂਟ 2 and 3 ਓਨਲੀ ਆ ਗਿਆ ਆਪਣੇ ਕੋਲ। ਠੀਕ ਹੈ ਭਾਈ, ਓਕੇ ਜੀ, ਡਨ। ਚਲੀਏ ਅਗਲੇ ਕੁਸ਼ਚਨ ਦੇ ਉੱਪਰ। ਚਲੋ ਜੀ, ਫਿਰ ਚਲਤੇ ਹੈ ਲਾਸਟ ਕੁਸ਼ਚਨ ਪੇ ਅੱਜ ਕੇ। ਲਓ ਜੀ, ਲਓ ਜੀ, ਕਹਿੰਦੇ ਅਭਿਨਵ ਭਾਰਤ ਸਮਾਜ ਸੰਸਥਾਪਕ ਕੌਣ ਹੈ? ਅਭਿਨਵ ਸੁਸਾਇਟੀ ਕਿਹਦੇ ਦੁਆਰਾ ਫਾਊਂਡ ਕੀਤੀ ਗਈ ਹੈਗੀ ਹੈ? ਤਾਂ ਕਿਹਦੇ ਦੁਆਰਾ ਫਾਊਂਡ ਕੀਤੀ ਗਈ ਹੈ? ਵਿਨਾਇਕ ਦਾਮੋਦਰ ਸਾਵਰਕਰ ਜੀ ਦੇ ਨਾਲ ਦੁਆਰਾ, ਐਂਡ ਇਹਨਾਂ ਦੇ ਨਾਲ ਇਹਨਾਂ ਦੇ ਬ੍ਰਦਰ ਵੀ ਸੀਗੇ, ਕਿਉਂਕਿ ਆਪਸ਼ਨ ਦੇ ਵਿੱਚ ਕਈ ਬ੍ਰਦਰ ਵੀ ਪਾ ਦਿੰਦੇ ਆ ਉਹ, ਤਾਂ ਇਹਨਾਂ ਦੇ ਨਾਲ ਬ੍ਰਦਰ ਵੀ ਸੀਗੇ ਜੀ ਡੀ ਸਾਵਰਕਰ। ਕਦੋਂ ਬਣਾਈ ਸੀਗੀ ਇਹ? 1904 ਦੇ ਵਿੱਚ ਬਣਾਈ ਸੀ ਇਹਨਾਂ ਨੇ। 1904 ਦੇ ਵਿੱਚ ਇਹਦੀ ਕੀ ਕੀਤੀ ਸੀਗੀ? ਸਥਾਪਨਾ ਕੀਤੀ ਸੀਗੀ। ਇਹ ਕਾਹਦੇ ਵਾਸਤੇ ਸੀਗੀ ਭਾਈ? ਰੈਵੋਲਿਊਸ਼ਨਰੀ ਐਕਟੀਵਿਟੀ ਵਾਸਤੇ ਹੀ ਸੀਗੀਆਂ ਕਿ ਹਾਂ ਆਜ਼ਾਦੀ ਦੇ ਲਈ ਸੰਘਰਸ਼ ਕੀਤਾ ਜਾ ਰਿਹਾ, ਤਾਂ ਉਹਨਾਂ ਦੇ ਵਿੱਚ ਇਹਨਾਂ ਦਾ ਵੀ ਯੋਗਦਾਨ ਸੀਗਾ। ਤਾਂ ਅਭਿਨਵ ਭਾਰਤ ਸੁਸਾਇਟੀ ਫਾਊਂਡ ਕੀਤੀ ਗਈ ਵਿਨਾਇਕ ਦਾਮੋਦਰ ਸਾਵਰਕਰ ਦੇ ਦੁਆਰਾ ਔਰ ਗਣੇਸ਼ ਦਾਮੋਦਰ ਸਾਵਰਕਰ ਜੀ ਦੇ ਦੁਆਰਾ। ਦੋਨਾਂ ਭਰਾਵਾਂ ਨੇ ਮਿਲ ਕੇ ਇੱਕ ਸੁਸਾਇਟੀ ਫਾਊਂਡ ਕੀਤੀ ਜਿਹਦਾ ਨਾਮ ਹੈ ਅਭਿਨਵ ਭਾਰਤ ਸੁਸਾਇਟੀ ਹੈ। ਠੀਕ ਹੈ ਭਾਈ, ਓਕੇ, ਡਨ। ਚਲੋ ਜੀ, ਚਲਦੇ ਹੈ ਆਗੇ। ਲਓ ਜੀ, ਅਗਲਾ ਤਾਂ ਆਪਣਾ ਲਾਸਟ ਹੀ ਕੁਸ਼ਚਨ ਥਾ ਜੇ 20ਵਾਂ। ਠੀਕ ਹੈ ਜੀ, ਤਾਂ ਕਿਵੇਂ ਲੱਗੀ ਭਾਈ ਤੁਹਾਨੂੰ ਸੀਰੀਜ਼? ਪਹਿਲਾ ਦਿਨ ਸੀਗਾ ਆਪਣੀ ਅੱਜ ਇਸ ਲੜੀ ਦਾ, ਤਾਂ ਤੁਸੀਂ ਦੱਸਿਓ ਕਿ ਕਿਵੇਂ ਲੱਗੀ ਹੈਗੀ ਆ, ਮੈਨੂੰ ਮੋਟੀਵੇਸ਼ਨ ਦਈਓ ਤਾਂ ਕਿ ਮੈਂ ਇਸ ਲੜੀ ਨੂੰ ਕੰਟੀਨਿਊ ਰੱਖ ਸਕਾਂ। ਕੰਟੀਨਿਊ ਯਾਰ ਤਾਂਹੀਓ ਰਹੂਗੀ ਕਿ ਤੁਸੀਂ ਮੈਨੂੰ ਜਿਹੜੀ ਹੈਗੀ ਮੋਟੀਵੇਸ਼ਨ ਦਿਓਗੇ। ਉਮੀਦ ਕਰਦਾ ਲਾਈਕ ਕਮੈਂਟ ਜ਼ਰੂਰ ਕਰ ਦੋਗੇ ਭਾਈ, ਔਰ ਸ਼ੇਅਰ ਵੀ ਕਰ ਦਿਓ ਇਹਨੂੰ। ਔਰ ਜੇ ਤੁਸੀਂ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਵੀ ਸਰ ਹਿਸਟਰੀ ਪੋਲਿਟੀ ਨੂੰ ਲੈ ਕੇ ਐਵੇਂ ਕੋਈ ਸੁਜੈਸ਼ਨ ਹੈਗਾ ਸਾਡਾ ਵੀ ਅਸੀਂ ਕਹਿ ਰਹੇ ਹਾਂ, ਜੇ ਮੈਂ PYQ ਕਰਾ ਰਿਹਾ, ਹੋ ਸਕਦਾ ਤੁਸੀਂ PYQ ਕੀਤੇ ਹੋਣ। ਜੇ ਤੁਸੀਂ ਚਾਹੁੰਦੇ ਵੀ ਮੈਂ ਨਵੇਂ ਕੁਸ਼ਚਨ ਪਾਵਾਂ PYQ ਦੇ ਨਾਲ, ਕੁਛ ਐਡ ਕਰ ਲਿਆ ਕਰਾਂ, ਜਿਵੇਂ ਅੱਜ 20 ਕੁਸ਼ਚਨ ਸੀਗੇ, 10-20 PYQ ਚੱਕ ਲਿਆ ਕਰਾਂ, 10 ਮੈਂ ਆਪਦੇ ਕੋਲੋਂ ਪਾ ਲਿਆ ਕਰਾਂ, ਤਾਂ ਜਿਵੇਂ ਤੁਸੀਂ ਸੁਜੈਸ਼ਨ ਦੇਣਾ ਚਾਹੁੰਦੇ ਹੈਗੇ ਹੋ ਉਹ ਦੱਸ ਸਕਦੇ ਹੈਗੇ ਹੋ, ਨੀਚੇ ਕਮੈਂਟ ਦੇ ਵਿੱਚ ਲਿਖ ਦਿਓ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਥੈਂਕ ਯੂ ਟੂ ਆਲ ਆਫ ਯੂ।